ਸਤਿ ਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪ੍ਰਾਈਮ ਟਾਈਮ ਦੇ ਨਾਲ ਮੈਂ ਹਰਸ਼ਰਨ ਕੌਰ ਅੱਜ 23 ਸਤੰਬਰ ਦਾ ਦਿਨ ਸੋਮਵਾਰ ਹੈ ਪ੍ਰਾਈਮ ਟਾਈਮ ਦੇ ਵਿੱਚ ਤੁਹਾਨੂੰ ਦੱਸਾਂਗੇ ਪੰਜਾਬ ਦੀਆਂ ਹੁਣ ਤੱਕ ਦੀਆਂ ਸਾਰੀਆਂ ਵੱਡੀਆਂ ਤਾਜ਼ਾ ਤੇ ਅਹਿਮ ਖਬਰਾਂ ਭਾਰਤ ਅਤੇ ਦੁਨੀਆ ਦੀਆਂ ਵੀ ਕੁਝ ਖਾਸ ਜਾਣਕਾਰੀਆਂ ਤੁਹਾਨੂੰ ਦੇਵਾਂਗੇ ਸਭ ਤੋਂ ਪਹਿਲਾਂ ਮੌਸਮ ਦੀ ਤਾਜ਼ਾ ਜਾਣਕਾਰੀ ਪੰਜਾਬ ਤੇ ਚੰਡੀਗੜ੍ਹ ਸਮੇਤ ਹਰਿਆਣਾ ਵਿੱਚ ਮੌਨਸੂਨ ਦੀ ਰਫ਼ਤਾਰ ਕਾਫੀ ਮੱਠੀ ਪੈ ਗਈ ਹੈ ਸੂਬੇ ਦੇ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਅੱਜ ਤੁਪਕਾ ਵੀ ਨਹੀਂ ਡਿੱਗਿਆ ਪਰਸੋਂ ਤੋਂ ਲੈ ਕੇ ਗਰਮੀ ਨੇ ਲੋਕਾਂ ਨੂੰ ਪਰ ਖਿਆ ਹੈ ਲੋਕ ਮੁੜਕੋ ਮੁੜਕੀ ਹੋਏ ਪਏ ਨੇ ਪੱਖੇ ਤੋਂ ਬਿਨਾ ਤਾਂ ਕੋਈ ਬੈਠ ਹੀ ਨਹੀਂ ਸਕਦਾ ਐਨੀ ਹਮਮਸ ਵਾਲੀ ਸਥਿਤੀ ਹੈ ਕਿ ਲੋਕ ਮੀਂਹ ਨੂੰ ਬੇਸਬਰੀ ਦੇ ਨਾਲ ਉਡੀਕ ਰਹੇ ਨੇ ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਅੱਜ ਸੂਬੇ ਦੇ ਵੱਧ ਤੋਂ ਆਰਤਾਪਮਨ ਦੇ ਵਿੱਚ 0.2 ਡਿਗਰੀ ਦੀ ਗਿਰਾਵਟ ਵੀ ਦਰਜ ਕੀਤੀ ਗਈ ਹੈ ਹਾਲਾਂਕਿ ਆਮ ਨਾਲੋਂ ਹਾਲੇ ਵੀ 1.6 ਡਿਗਰੀ ਵੱਧ ਹੀ ਹੈ ਸੂਬੇ ਦੇ ਵਿੱਚ ਸਭ ਤੋਂ ਵੱਧ ਤਾਪਮਨ ਸਮਰਾਲਾ ਲੁਧਿਆਣਾ ਦੇ ਵਿੱਚ 37 ਡਿਗਰੀ ਤੋਂ ਵੱਧ ਦਰਜ ਕੀਤਾ ਗਿਆ ਸਾਰੇ ਜ਼ਿਲ੍ਹਿਆਂ ਦੇ ਵਿੱਚ ਤਾਪਮਨ ਹਾਲਾਂਕਿ ਆਮ ਦੇ ਬਰਾਬਰ ਹੀ ਰਿਹਾ ਮੌਸਮ ਵਿਭਾਗ ਦੀ ਭਵਿੱਖਬਾਣੀ ਦੇ ਮੁਤਾਬਕ ਅੱਜ ਰਾਤ ਤੋਂ ਮੌਸਮ ਬਦਲ ਸਕਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਪੈ ਸਕਦਾ ਹੈ ਪਰ ਚੇਤਾਵਨੀ ਕੋਈ ਜਾਰੀ ਨਹੀਂ ਕੀਤੀ ਗਈ ਪਹਿਲਾਂ ਮੌਸਮ ਵਿਭਾਗ ਨੇ 28 ਸਤੰਬਰ ਤੱਕ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਜਤਾਈ ਸੀ ਪਰ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਗਰਮੀ ਦੇ ਤਾਂ ਮੀਂਹ ਪੈ ਵੀ ਸਕਦਾ ਹੈ ਹਰਿਆਣਾ ਤੇ ਚੰਡੀਗੜ੍ਹ ਚ ਆਉਣ ਵਾਲੇ ਦਿਨਾਂ ਚ ਮੌਸਮ ਪੂਰੀ ਤਰ੍ਹਾਂ ਸਾਫ਼ ਹੈ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ ਹਰਿਆਣਾ ਦੇ ਤਾਪਮਨ ਦੇ ਵਿੱਚ ਅੱਜ 0.3 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਦਿੱਲੀ ਦੇ ਵਿੱਚ ਤਾਪਮਾਨ ਤੇਜ਼ੀ ਨਾਲ ਵੱਧ ਰਿਹਾ ਹੈ ਅੱਜ ਦਾ ਤਾਪਮਾਨ 35 ਡਿਗਰੀ ਦਰਜ ਕੀਤਾ ਗਿਆ ਰਾਜਸਥਾਨ ਦੇ ਵਿੱਚ ਇੱਕ ਵਾਰ ਫਿਰ ਤੋਂ 3 ਦਿਨਾਂ ਲਈ ਮੀਂਹ ਦਾ ਅਲਰਟ ਹੈ ਸਵੇਰ ਵਿੱਚ ਪਹਿਲਾਂ ਹੀ 57% ਤੋਂ ਵੱਧ ਮੀਂਹ ਪੈ ਚੁੱਕਿਆ ਹੈ ਮਧ ਪ੍ਰਦੇਸ਼ ਵਿੱਚ 24 ਸਤੰਬਰ ਤੋਂ 3 ਦਿਨਾਂ ਦੇ ਲਈ ਤੇਜ਼ ਮੀਂਹ ਦਾ ਦੌਰ ਰਹੂਗਾ ਅੱਜ ਭੁਪਾਲ ਇੰਦੌਰ ਜਬਲਪੁਰ ਦੇ ਵਿੱਚ ਹਲਕਾ ਮੀਂਹ ਪੈਣ ਦੀਆਂ ਖਬਰਾਂ ਮਿਲੀਆਂ ਨੇ ਗਵਾਲੀਅਰ ਸਮੇਤ 23 ਜ਼ਿਲ੍ਹਿਆਂ ਦੇ ਵਿੱਚ ਤੇਜ਼ ਧੁੱਪ ਦਾ ਅੰਦਾਜ਼ਾ ਰਿਹਾ ਯੂਪੀ ਦੇ ਕਈ ਜ਼ਿਲ੍ਹੇ ਹੜ੍ਹ ਦੀ ਚਪੇਟ ਦੇ ਵਿੱਚ ਹਾਲੇ ਵੀ ਫਸੇ ਹੋਏ ਨੇ ਕਾਨਪੂਰ ਦੇ ਵਿੱਚ 15000 ਲੋਕ ਹੜ੍ਹਾਂ ਦੀ ਮਾਰ ਚੱਲ ਰਹੇ ਨੇ 13 ਪਿੰਡ ਡੁੱਬੇ ਹੋਏ ਨੇ 1000 ਬਿਗਾ ਫਸਲ ਬਰਬਾਦ ਹੋ ਗਈ ਹੈ ਹੁਣ ਤੁਹਾਨੂੰ ਕੁਝ ਖਾਸ ਅਤੇ ਜ਼ਰੂਰੀ ਖਬਰਾਂ ਦੱਸ ਦਿੰਨੇ ਹਾਂ ਤੇ ਫਿਰ ਦੱਸਾਂਗੇ ਅੱਜ ਪੰਜਾਬ ਦੀ ਕੈਬਨਿਟ ਦੇ ਵਿੱਚ ਕਿਸ ਤਰ੍ਹਾਂ ਦਾ ਬਦਲਾਅ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਗਿਆ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਰਪੰਚੀ ਚੋਣਾਂ ਨੂੰ ਲੈ ਕੇ ਕੀ ਐਲਾਨ ਕੀਤਾ ਹੈ ਪੰਜਾਬ ਦੇ ਵਿੱਚ ਪ੍ਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਪੰਜਾਬ ਸਰਕਾਰ ਨੇ ਨਵੀਂ ਚੇਤਾਵਨੀ ਜਾਰੀ ਕੀਤੀ ਹੈ ਜੇ ਕੋਈ ਪ੍ਰਾਲੀ ਸਾੜੂਗਾ ਤਾਂ ਉਹਨਾਂ ਕਿਸਾਨਾਂ ਦੀ ਜ਼ਮੀਨੀ ਰਿਕਾਰਡ ਦੇ ਵਿੱਚ ਰੈੱਡ ਐਂਟਰੀਆਂ ਦਰਜ ਕੀਤੀਆਂ ਜਾਣਗੀਆਂ ਜਿਸ ਦੇ ਨਤੀਜੇ ਵਜੋਂ ਕਿਸਾਨਾਂ ਦੇ ਹਥਿਆਰਾਂ ਦੇ ਨਾ ਤਾਂ ਲਾਇਸੈਂਸ ਰੀਨਿਊ ਹੋਣਗੇ ਤੇ ਨਾ ਹੀ ਨਵੇਂ ਹਥਿਆਰਾਂ ਦੇ ਲਾਇਸੈਂਸ ਬਣਾਏ ਜਾਣਗੇ ਆਉਂਦੀਆਂ ਪੰਚਾਇਤੀ ਚੋਣਾਂ ਤੋਂ ਪਹਿਲਾਂ ਲਏ ਗਏ ਇਸ ਫੈਸਲੇ ਦੇ ਨਾਲ ਪੰਜਾਬ 'ਚ ਇੱਕ ਸਿਆਸੀ ਵਿਵਾਦ ਜ਼ਰੂਰ ਖੜਾ ਹੋ ਸਕਦਾ ਹੈ ਕਿਉਂਕਿ ਕਿਸਾਨ ਜਥੇਬੰਦੀਆਂ ਦੇ ਵੱਲੋਂ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਖਿਲਾਫ ਸੂਬਾ ਸਰਕਾਰ ਵੱਲੋਂ ਕੀਤੀ ਜਾਂਦੀ ਕਾਰਵਾਈ ਦਾ ਵਿਰੋਧ ਕੀਤਾ ਜਾ ਰਿਹਾ ਹੈ ਝੋਨੇ ਦੀ ਵਾਢੀ ਦੇ ਸੀਜ਼ਨ ਵਿੱਚ ਪੰਜਾਬ 'ਚ ਇੱਕ ਹਫ਼ਤੇ ਵਿੱਚ ਪਰਾਲੀ ਸਾੜਨ ਦੇ 5 ਦਰਜਨ ਤੋਂ ਵੱਧ ਮਾਮਲੇ ਸਾਹਮਣੇ ਆਉਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਇਹ ਚੇਤਾਵਨੀ ਦਿੱਤੀ ਹੈ ਦੂਸਰੇ ਪਾਸੇ ਕਿਸਾਨ ਕਹਿੰਦੇ ਨੇ ਕਿ ਪਰਾਲੀ ਸਾੜਨ ਦੇ ਲਈ ਉਹਨਾਂ ਨੂੰ ਠੁਕਵਾ ਮੁਆਵਜ਼ਾ ਦਿੱਤਾ ਜਾਵੇ ਤਾਂ ਉਹ ਕਦੇ ਵੀ ਪਰਾਲੀ ਨਹੀਂ ਸਾੜਨਗੇ ਪਰਿਆਲਾ ਦੀ ਰਾਜੀਵ ਗਾਂਧੀ नेशनल यूनिवर्सिटी ऑफ लॉ ਦੀਆਂ ਵਿਦਿਆਰਥਣਾਂ ਨੇ ਯੂਨੀਵਰਸਿਟੀ ਦੇ ਉਪਕੁਲਪਤੀ ਦੇ ਖਿਲਾਫ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ ਦੋਸ਼ ਲਾਇਆ ਹੈ ਕਿ ਉਪਕੁਲਪਤੀ ਜੈ ਸ਼ੰਕਰ ਸਿੰਘ ਬਿਨਾਂ ਦੱਸਿਆ ਕੁੜੀਆਂ ਦੇ ਹੋਸਟਲ ਵਿੱਚ ਦਾਖਲ ਹੋ ਗਏ ਤੇ ਉਹਨਾਂ ਨੂੰ ਉਹਨਾਂ ਦੇ ਕੱਪੜਿਆਂ ਨੂੰ ਲੈ ਕੇ ਮਾੜਾ ਚੰਗਾ ਬੋਲਣ ਲੱਗੇ ਵਿਦਿਆਰਥੀਆਂ ਨੇ ਇਸ ਘਟਨਾ ਤੋਂ ਬਾਅਦ ਵੀਸੀ ਦਾ ਅਸਤੀਫਾ ਮੰਗਿਆ ਹੈ ਸੁਪਰੀਮ ਕੋਰਟ ਨੇ ਬਾਲ ਪੋਰਨੋਗ੍ਰਾਫੀ ਨੂੰ ਦੇਖਣ ਤੇ ਡਾਊਨਲੋਡ ਕਰਨ ਨੂੰ ਪੋਕਸੋ ਐਕਟ ਤਹਿਤ ਅਪਰਾਧ ਕਰਾਰ ਦਿੱਤਾ ਹੈ ਤਿੰਨ ਜੱਜਾਂ ਦੇ ਬੈਂਚ ਨੇ ਸੁਣਵਾਈ ਦੌਰਾਨ ਇਹ ਫੈਸਲਾ ਸੁਣਾਇਆ ਸੁਪਰੀਮ ਕੋਰਟ ਦੇ ਚੀਫ ਜਸਟਿਸ ਡੀਵਾਈ ਚੰਦਰ ਚੂਡਸ ਨੇ ਜਸਟਿਸ ਜੇਬੀ ਪਾਰਦੀ ਵਾਲਾ ਤੇ ਜਸਟਿਸ ਮਨੋਜ ਮਿਸ਼ਰਾ ਦੇ ਬੈਂਚ ਨੇ ਫੈਸਲਾ ਦਿੰਦਿਆਂ ਮ드ਰਾਸ ਹਾਈ ਕੋਰਟ ਦੇ ਫੈਸਲੇ ਨੂੰ ਪਲਟ ਦਿੱਤਾ ਹੈ ਮ드ਰਾਸ ਹਾਈ ਕੋਰਟ ਨੇ ਕਿਹਾ ਸੀ ਕਿ ਬਾਲ ਪੋਰਨੋਗ੍ਰਾਫੀ ਨੂੰ ਡਾਊਨਲੋਡ ਕਰਨਾ ਤੇ ਦੇਖਣਾ ਪੋਕਸੋ ਐਕਟ ਤਹਿਤ ਅਪਰਾਧ ਨਹੀਂ ਹੈ ਇਸ ਨੂੰ ਡਾਊਨਲੋਡ ਕੀਤਾ ਜਾ ਸਕਦਾ ਹੈ ਦੇਖਿਆ ਵੀ ਜਾ ਸਕਦਾ ਹੈ ਜਦਕਿ ਸੁਪਰੀਮ ਕੋਰਟ ਨੇ ਕਿਹਾ ਕਿ ਮ드ਰਾਸ ਹਾਈ ਕੋਰਟ ਦੀ ਜੱਜਮੈਂਟ ਵਿੱਚ ਦੋਸ਼ ਹਨ ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਸੈਂਟਰ ਦੀ ਸਰਕਾਰ ਨੂੰ ਹੁਕਮ ਦਿੱਤੇ ਨੇ ਕਿ ਬਾਲ ਪੋਰਨੋਗ੍ਰਾਫੀ ਸ਼ਬਦ ਨੂੰ ਬਾਲ ਜਨਸੀ ਸ਼ੋਸ਼ਣ ਅਤੇ ਦੁਰਵਿਵਹਾਰ ਸਮੱਗਰੀ ਨਾਲ ਬਦਲਣ ਦੇ ਲਈ ਆਰਡੀਨੈਂਸ ਜਾਰੀ ਕੀਤਾ ਜਾਵੇ ਬਾਲ ਪੋਰਨੋਗ੍ਰਾਫੀ ਵੇਖਣ ਦੇ ਵਿੱਚ ਪਾਕਿਸਤਾਨ ਪਹਿਲੇ ਨੰਬਰ ਤੇ ਹੈ ਜਦਕਿ ਭਾਰਤ ਦਾ ਵੀ 6ਵਾਂ ਥਾਂ ਹੈ ਜਿਹੜੇ ਲੋਕ ਰੋਜ਼ੀ ਰੋਟੀ ਲੈ ਕੇੋਂ ਦੂਰ ਰਹਿ ਕੇ ਕੰਮ ਕਰ ਰਹੇ ਨੇ ਉਹਨਾਂ ਨੂੰ ਰਾਸ਼ਟ੍ਰਕਾਰ ਦੇ ਲਈ ਕੇਵਾਈਸੀ ਕਰਵਾਉਣ ਦੇ ਲਈ ਆਪਣਾ ਕੰਮ ਛੱਡ ਕੇ ਆਪਣੇ ਹੋਮ ਟਾਊਨ ਯਾਨੀ ਕਿ ਆਪਣੇ ਘਰ ਦੇ ਨੇੜੇ ਵਾਲੇ ਬੈਂਕ 'ਚ ਨਹੀਂ ਆਉਣਾ ਹੋਗਾ ਜਿੱਥੇ ਉਹ ਕੰਮ ਕਰ ਰਹੇ ਨੇ ਉੱਥੇ ਹੀ ਨੇੜੇ ਰਾਸ਼ਨ ਦੀ ਕਿਸੇ ਵੀ ਦੁਕਾਨ ਤੇ ਜਾ ਕੇ ਉਹ ਈ ਕੇवाईसी ਕਰਵਾ ਸਕਦੇ ਨੇ ਹੁਣ ਖਪਤਕਾਰ ਆਪਣੀ ਸਹੂਲਤ ਦੇ ਮੁਤਾਬਿਕ ਕੋਟੇਦਾਰ ਨਾਲ ਸੰਪਰਕ ਕਰਕੇ ਈ ਕੇवाईसी ਕਰਵਾ ਸਕਣਗੇ ਉਹਨਾਂ ਨੂੰ ਬਸ ਨੇੜਲੀ ਰਾਸ਼ਨ ਦੀ ਦੁਕਾਨ ਤੇ ਜਾਣਾ ਪਊਗਾ ਰਾਸ਼ਨ卡ਡ ਦੀ ਈ ਕੇवाईसी ਦੇ ਇਹ ਕਰਨ ਦੇ ਲਈ ਲੋਰਿੰਡ ਦੇ ਇਸ ਆ ਵੀਜ਼ਾ ਦੇ ਵਿੱਚ ਰਸ਼ਟਰ ਕਾਰਡ ਨੰਬਰ ਤੇ ਆਧਾਰ ਧਾਰਕ ਸ਼ਾਮਿਲ ਹੋਣਾ ਜ਼ਰੂਰੀ ਹੈ ਤਾਂ ਜੋ ਬਾਇਓਮੈਟ੍ਰਿਕ ਵੈਰੀਫਿਕੇਸ਼ਨ ਕੀਤਾ ਜਾ ਸਕੇ। ਉੜੀਸਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਜੀ ਨੇ ਆਪਣੇ ਸੂਬੇ ਦੀ ਪੁਲਿਸ ਦੇ ਵੱਲੋਂ ਇੱਕ ਸਿੱਖ ਫੌਜੀ ਅਫਸਰ ਦੀ ਪਤਨੀ ਤੇ ਇੱਕ ਫੌਜੀ ਅਫਸਰ ਦੀ ਮੰਗੇਤਰ ਦੇ ਏਜੰਸੀ ਸੋਸ਼ਣ ਦੇ ਮਾਮਲੇ ਦੀ ਨਿਆਂਇਕ ਜਾਂਚ ਦੇ ਹੁਕਮ ਦਿੱਤੇ ਨੇ। ਨੋਟੀਫਿਕੇਸ਼ਨ ਦੇ ਮੁਤਾਬਕ ਸੂਬਾ ਸਰਕਾਰ ਨੇ ਹਾਈ ਕੋਰਟ ਦੇ ਸੇਵਾਮੁਕਤ ਜੱਜ ਜਸਟਿਸ ਚਿਤ੍ਰੰਜਨ ਦਾਸ ਦੀ ਅਗਵਾਈ ਦੇ ਵਿੱਚ ਜਾਂਚ ਕਮਿਸ਼ਨ ਬਣਾਇਆ ਹੈ ਜਿਸ ਵਿੱਚ ਕਿਹਾ ਗਿਆ ਕਿ ਕਮਿਸ਼ਨ ਵੱਲੋਂ ਘਟਨਾ ਤੇ ਇਸ ਨਾਲ ਜੁੜੇ ਹਾਲਾਤਾਂ ਦੇ ਨਾਲ ਨਾਲ ਇਸ ਨਾਲ ਸੰਬੰਧਿਤ ਵਿਅਕਤੀਆਂ ਤੇ ਅਧਿਕਾਰੀਆਂ ਦੀ ਭੂਮਿਕਾ ਆਚਰਣ ਅਤੇ ਜਵਾਬਦੇਹੀ ਦੀ ਜਾਂਚ ਕੀਤੀ ਜਾਊਗੀ ਜਾਂਚ ਰਿਪੋਰਟ 60 ਦਿਨਾਂ ਦੇ ਅੰਦਰ ਸੌਂਪੇ ਜਾਣ ਦੇ ਹੁਕਮ ਦਿੱਤੇ ਗਏ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਮੰਦਪਾਗੀ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਓਡੀਸ਼ਾ ਦੇ ਮੁੱਖ ਮੰਤਰੀ ਨੂੰ ਛੇਤੀ ਇਸ ਘਟਨਾਵਾਂ ਦੇ ਵਿੱਚ ਇਨਸਾਫ ਕਰਨ ਦੀ ਅਪੀਲ ਕੀਤੀ ਸੀ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸਿਆਸਤ ਤੋਂ ਹੋਰ ਦੂਰੀ ਬਣਾਉਣ ਲਈ ਇੱਕ ਹੋਰ ਫੈਸਲਾ ਲਿਆ ਹੈ 10 ਸਾਲਾਂ ਬਾਅਦ ਕ੍ਰਿਕਟ ਦੀ ਕਮੈਂਟਰੀ ਕਰਨ ਤੋਂ ਬਾਅਦ ਹੁਣ ਉਹ ਵੈਬ ਸੀਰੀਜ਼ ਦੇ ਵਿੱਚ ਵੀ ਨਜ਼ਰ ਆਉਣਗੇ ਸਿੱਧੂ ਮਸ਼ਹੂਰ ਯੂਟਿਊਬਰ ਤੇ ਅਦਾਕਾਰ ਭੂਵਨ ਬਾਮ ਦੇ ਨਾਲ ਵੈਬ ਸੀਰੀਜ਼ ਤਾਜ਼ਾ ਖਬਰ 2 ਦੇ ਵਿੱਚ ਅਦਾਕਾਰੀ ਕਰ ਰਹੇ ਨੇ ਜਿਸ ਦੀ ਜਾਣਕਾਰੀ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਤੇ ਖੁਦ ਦਿੱਤੀ ਹੈ ਨਵਜੋਤ ਸਿੰਘ ਸਿੱਧੂ ਨੇ ਇੱਕ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਉਹ ਤਾਜ਼ਾ ਖਬਰ ਸੀਜ਼ਨ 2 ਦੀ ਸ਼ੂਟਿੰਗ ਕਰ ਰਹੇ ਨੇ ਜਿਸ ਦੇ ਵਿੱਚ ਇੰਟਰਨੈਟ ਸੁਪਰਸਟਾਰ ਭਵਨ ਬਾਮ ਉਹਨਾਂ ਦੇ ਨਾਲ ਨੇ ਪੈਰਿਸ 올림픽ਸ ਦੇ ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੂੰ FIH ਸਾਲ ਦੇ ਸਰਵੋਤਮ ਖਿਡਾਰੀ ਦੇ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ ਡ੍ਰੈਗ ਫਲਿੱਕਰ ਹਰਮਨਪ੍ਰੀਤ ਨੇ ਪੈਰਿਸ 올림픽ਸ ਦੇ ਵਿੱਚ 8 ਮੈਚਾਂ 'ਚ 10 ਗੋਲ ਕੀਤੇ ਸਨ ਉਹ 2020 ਅਤੇ 22 ਦੇ ਵਿੱਚ ਲਗਾਤਾਰ ਦੋ ਵਾਰੀ ਪੁਰਸਕਾਰ ਜਿੱਤ ਚੁੱਕੇ ਨੇ ਹਾਕੀ ਇੰਡੀਆ ਦੇ ਐਲਾਨ ਤੋ ਧਰਮਨ ਪ੍ਰੀਤ ਸਿੰਘ ਨੇ ਕਿਹਾ ਕਿ FIH ਸਾਲ ਦੇ ਸਰਬੋਤਮ ਖਿਡਾਰੀ ਦੇ ਪੁਰਸਕਾਰ ਦੀ ਦੌੜ ਵਿੱਚ ਇੱਕ ਵਾਰੀ ਫਿਰ ਸ਼ਾਮਲ ਹੋਣਾ ਮਾਣ ਵਾਲੀ ਗੱਲ ਹੈ ਪਰ ਇਹ ਮੇਰੀ ਟੀਮ ਦੇ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਸੀ FFI ਨੇ 29 ਫਿਲਮਾਂ ਦੀ ਸੂਚੀ ਚੋਂ ਹਿੰਦੀ ਫਿਲਮ ਲਾਪਤਾ ਲੇਡੀਜ਼ ਨੂੰ ਭਾਰਤ ਵੱਲੋਂ ਓਸਕਰ ਵਿੱਚ ਭੇਜਣ ਦਾ ਫੈਸਲਾ ਕੀਤਾ ਹੈ। ਇਸ ਲਿਸਟ ਦੇ ਵਿੱਚ ਐਨੀਮਲ ਅਤੇ ਚੰਦੂ ਚੈਂਪੀਅਨ ਵਰਗੀਆਂ ਫਿਲਮਾਂ ਵੀ ਸ਼ਾਮਲ ਹਨ। ਮਹਿਲਾਵਾਂ ਦੀ ਪਛਾਣ ਨੂੰ ਲੈ ਕੇ ਇਹ ਫਿਲਮ ਬਣਾਈ ਗਈ ਸੀ। ਲਾਪਤਾ ਲੇਡੀਜ਼ 5 ਕਰੋੜ ਦੇ ਬਜਟ ਵਿੱਚ ਤਿਆਰ ਹੋਈ ਫਿਲਮ ਸੀ ਪਰ ਇਸ ਨੇ ਬਹੁਤ ਹੀ ਚੰਗੀ ਖਾਸੀ ਕਮਾਈ ਕੀਤੀ ਹੈ ਤੇ ਫਿਲਮ ਦਾ ਥੀਮ ਹਰ ਇੱਕ ਨੂੰ ਪਸੰਦ ਆਇਆ। ਪੰਜਾਬ ਕੈਬਨਿਟ ਦੇ ਵਿੱਚ ਚੌਥੀ ਵਾਰੀ ਫੇਰ ਬਦਲ ਹੋਇਆ ਹੈ। ਚਾਰ ਮੰਤਰੀਆਂ ਨੂੰ ਕੈਬਨਿਟ ਦੇ ਵਿੱਚੋਂ ਬਾਹਰ ਦਾ ਰਾਹ ਵਿਖਾਇਆ ਗਿਆ ਹੈ। ਤੇ ਪੰਜ ਵਿਧਾਇਕਾਂ ਦੀ ਮੰਤਰੀ ਵਜੋਂ ਐਂਟਰੀ ਹੋ ਗਈ ਹੈ ਮੰਤਰੀ ਬਲਕਾਰ ਸਿੰਘ ਚੇਤਨ ਸਿੰਘ ਜੋੜੀ ਮਾਜਰਾ ਬ੍ਰਮਸ਼ੰਕਰ ਜਿੰਪਾ ਅਤੇ ਮਹਿਲਾ ਮੰਤਰੀ ਅਨਮੋਲ ਗਗਨ ਮਾਨ ਨੇ ਦੇਰ ਰਾਤ ਹੀ ਕੈਮਬ੍ਰਿਜ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਜੇ ਆਪਾਂ ਸੱਚੀ ਗੱਲ ਕਰੀਏ ਤਾਂ ਕਹਿ ਸਕਦੇ ਹਾਂ ਕਿ ਉਹਨਾਂ ਤੋਂ ਅਸਤੀਫੇ ਲੈ ਲਏ ਗਏ ਜਦ ਕਿ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਤਰਨਪ੍ਰੀਤ ਸਿੰਘ ਸੌਂਦ ਬਰਿੰਦਰ ਗੋਇਲ ਅਤੇ ਮਹਿੰਦਰ ਭਗਤ ਦੀ ਕੈਬਨਟ ਦੇ ਵਿੱਚ ਐਂਟਰੀ ਹੋ ਗਈ ਹੈ ਕੁਝ ਸਮਾਂ ਪਹਿਲਾਂ ਹੋਈਆਂ ਲੋਕ ਸਭਾ ਚੋਣਾਂ ਦੇ ਵਿੱਚ ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਥੀਅਰ ਐਮਪੀ ਬਣ ਚੁੱਕੇ ਹਨ ਇਸ ਲਈ ਉਹਨਾਂ ਨੇ ਅਸਤੀਫਾ ਦਿੱਤਾ ਸੀ ਨਵੇਂ ਮੰਤਰੀ ਬਣਨ ਵਾਲਿਆਂ ਦੇ ਵਿੱਚ ਦਵਿੰਦਰ ਸਿੰਘ ਲਾਡੀ ਤੋਂ ਸਮੋਗਾ ਜ਼ਿਲ੍ਹੇ ਦੇ ਬਾਗਾ ਪੁਰਾਣਾ ਹਲਕੇ ਤੋਂ ਵਿਧਾਨ ਸਭਾ ਦੇ ਮੈਂਬਰ ਹਨ ਬਰਿੰਦਰ ਕੁਮਾਰ ਗੋਇਲ ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਜ਼ਿਲ੍ਹੇ ਸੰਗਰੂਰ ਦੇ ਲਹਿਰਾਗਾਗਾ ਹਲਕੇ ਤੋਂ ਵਿਧਾਇਕ ਸਨ ਤੇ ਹੁਣ ਵਜ਼ੀਰ ਬਣ ਗਏ ਨੇ ਉਹਨਾਂ ਨੇ ਕਾਂਗਰਸ ਦੀ ਰਜਿੰਦਰ ਕੌਰ ਭਠਲ ਦੀ ਅਕਾਲੀ ਦਲ ਦੇ ਪਰਮਿੰਦਰ ਸਿੰਘ ਟੀਮ ਸਾਨੂੰ ਮਾਤ ਦਿੱਤੀ ਸੀ ਤਰਨਪ੍ਰੀਤ ਸਿੰਘ ਸੌਂਦ ਲੁਧਿਆਣਾ ਦੇ ਖੰਨਾ ਹਲਕੇ ਤੋਂ ਐਮਐਲਏ ਨੇ ਜਦਕਿ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਦੌਰਾਨ ਸੀਐਮ ਮੰਨੇ ਬਾਅਦ ਆ ਕੀਤਾ ਸੀ ਕਿ ਜੇ ਜਨਤਾ ਮਹਿੰਦਰ ਭਗਤ ਨੂੰ ਜਿਤਾ ਕੇ ਵਿਧਾਨ ਸਭਾ ਦੇ ਵਿੱਚ ਭੇਜੇਗੀ ਤਾਂ ਅਗਲੀ ਪੌੜੀ ਉਹ ਚੜਾਉਣਗੇ ਯਾਨੀ ਕਿ ਵਜ਼ੀਰ ਉਹ ਬਣਾਉਣਗੇ ਇਸੇਵਾਦੇ ਤੇ ਚੱਲਦੇ ਆ ਮਹਿੰਦਰ ਭਗਤ ਦੀ ਵੀ ਕੈਬਨਟ ਦੇ ਵਿੱਚ ਐਂਟਰੀ ਹੋ ਗਈ ਹੈ ਪੰਜਵਾਂ ਨਾਮ ਹਰਦੀਪ ਸਿੰਘ ਮੁੰਡੀਆਂ ਦਾ ਹੈ ਉਹ ਲੁਧਿਆਣਾ ਦੇ ਸਾਨੇਵਾਲ ਹਲਕੇ ਤੋਂ ਵਿਧਾਇਕ ਹਨ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਨੇ ਸਾਰੇ ਨਵੇਂ ਮੰਤਰੀਆਂ ਨੂੰ ਅਹੁਦਾ ਤੇ ਭੇਦ ਗੁਪਤ ਰੱਖਣ ਦੀ ਸੌਂਚ ਚੁਕਾਈ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਸਨ ਅਤੇ ਨਵੇਂ ਬਣੇ ਵਜ਼ੀਰਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਵਧਾਈਆਂ ਵੀ ਦਿੱਤੀਆਂ ਨੇ ਸ਼ੁਭ ਕਾਮਨਾਵਾਂ ਵੀ ਕਈਆਂ ਨੇ ਅਤੇ ਉਮੀਦ ਜਤਾਈ ਹੈ ਕਿ ਨਵੇਂ ਮੰਤਰੀ ਸਾਹਿਬ ਪੰਜਾਬ ਦੇ ਲੋਕਾਂ ਦੀਆਂ ਆਸਾਂ ਉਮੀਦਾਂ ਤੇ ਖਰੇ ਉਤਰਨਗੇ। ਉਹਨਾਂ ਕਿਹਾ ਕਿ ਪੰਜਾਬ ਦੇ 3 ਕਰੋੜ ਲੋਕਾਂ ਦੇ ਲਈ ਪੂਰੀ ਇਮਾਨਦਾਰੀ ਦੇ ਨਾਲ ਕੰਮ ਕਰਦੇ ਹੋਏ ਪੰਜਾਬ ਨੂੰ ਫੇਰ ਤੋਂ ਰੰਗਲਾ ਪੰਜਾਬ ਬਣਾਉਣ ਦੇ ਵਿੱਚ ਇਹ ਸਾਰੇ ਮੰਤਰੀ ਆਪਣਾ ਯੋਗਦਾਨ ਪਾਉਣਗੇ। ਇਸ ਮੌਕੇ ਸੀਐਮ ਮਾਨ ਨੇ ਸਾਰੇ ਨਵੇਂ ਮੰਤਰੀਆਂ ਅਤੇ ਗਵਰਨਰ ਗੁਲਾਬ ਚੰਦ ਕੁਟਾਰੀਆ ਦੇ ਨਾਲ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ। 2023 ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਨੇ ਜਲੰਧਰ ਲੋਕ ਸਭਾ ਜਿਮਨੀ ਚੋਣ ਜਿੱਤੀ ਸੀ ਤਾਂ ਬਲਕਾਰ ਸਿੰਘ ਦੀ ਕੈਬਨਟ ਦੇ ਵਿੱਚ ਇਹ ਨਾਮ ਵਜੋਂ ਐਂਟਰੀ ਹੋਈ ਸੀ ਪਰ ਲੋਕ ਸਭਾ ਚੋਣਾਂ 2024 ਦੇ ਵਿੱਚ ਪਾਰਟੀ ਦਾ ਉਮੀਦਵਾਰ ਤੀਸਰੇ ਨੰਬਰ ਤੇ ਰਹਿਣ ਤੇ ਵਿਕਰਮ ਸਿੰਘ ਮਜੀਠੀਆ ਵੱਲੋਂ ਬਲਕਾਰ ਸਿੰਘ ਦੀ ਵੀਡੀਓ ਨੂੰ ਲੈ ਕੇ ਵਾਰੀ-ਵਾਰੀ ਸਰਕਾਰ ਨੂੰ ਘੇਰਿਆ ਜਾ ਰਿਹਾ ਸੀ ਇਸ ਲਈ ਉਹਨਾਂ ਦੀ ਛੁੱਟੀ ਤੈਅ ਮੰਨੀ ਜਾ ਰਹੀ ਸੀ ਚੇਤਨ ਸਿੰਘ ਜੋੜੇ ਮਾਜਰਾ ਦਾ ਬਾਹਰ ਹੋਣਾ ਹੈਰਾਨੀਜਨਕ ਹੈ ਕਿਉਂਕਿ ਮੁੱਖ ਮੰਤਰੀ ਮਾਨ ਨੇ ਉਹਨਾਂ ਨੂੰ ਹੁਣ ਤੱਕ ਤਾਕਤਵਰ ਪੋਰਟਫੋਲੀਓ ਹੀ ਦਿੱਤੇ ਸਨ ਬ੍ਰह्म ਸ਼ੰਕਰ ਜੰਪਾ ਰੈਵਨਿਊ ਮੰਤਰੀ ਸਨ ਉਹਨਾਂ ਨੇ ਵੀ ਖ ਉਹਨਾਂ ਦੇ ਵੀ ਛੁੱਟੀ ਕਰ ਦਿੱਤੀ ਗਈ ਹੈ ਅਨਮੋਲ ਗਗਨਵਾਨ ਦਿੱਲੀ ਕੋਟੇ ਤੋਂ ਸਨ ਪਰ ਉਹਨਾਂ ਦੀ ਪਰਫਾਰਮੈਂਸ ਵੀ ਕਿਤਨੇ ਨਾਲ ਕਿਧਰੇ ਸਵਾਲਾਂ ਦੇ ਘੇਰੇ ਵਿੱਚ ਰਹੀ ਤੇ ਹੁਣ ਤੱਕ ਕੈਬਨਿਟ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਮੇਤ 15 ਵਜ਼ੀਰ ਹਨ ਮੰਤਰੀ ਮੰਡਲ ਦੇ ਵਿੱਚ ਕੁੱਲ 18 ਮੰਤਰੀ ਹੋ ਸਕਦੇ ਨੇ ਜਾਨਕਿ ਤਿੰਨ ਥਾਵਾਂ ਹਾਲੇ ਵੀ ਖਾਲੀ ਨੇ ਵਿਰੋਧੀ ਪਾਰਟੀਆਂ ਦੇ ਲੀਡਰ ਕੀ ਕਹਿ ਰਹੇ ਨੇ ਉਹ ਵੀ ਸੁਣਨਾ ਪਊਗਾ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਭਗਵੰਤ ਮਾਨ ਦੀ ਕੈਬਨਿਟ ਦੇ ਵਿਸਤਾਰ ਤੇ ਤੰਜ ਕਸਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਡੱਬੇ ਨਹੀਂ ਇੰਜਣ ਬਦਲਣ ਦੀ ਲੋੜ ਹੈ ਇਸ ਦਾ ਜਵਾਬ ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਵੀ ਦਿੱਤਾ ਕਹਿੰਦੇ ਸਾਡੇ ਡੱਬੇ ਤੇ ਇੰਜਣ ਦੋਵੇਂ ਚੰਗੀ ਰਫ਼ਤਾਰ ਨਾਲ ਚੱਲ ਰਹੇ ਨੇ ਤੁਹਾਨੂੰ ਆਪਣੇ ਇੰਜਣ ਬਦਲਣ ਦੀ ਲੋੜ ਹੈ ਜੋ ਤੁਸੀਂ ਕਰ ਨਹੀਂ پا ਰਹੇ ਤੁਹਾਡੇ ਕੋਲ ਤਾਂ 11 ਮੈਂਬਰੀ ਕਮੇਟੀ ਬਣਾਉਣ ਦੇ ਲਈ ਬੰਦੇ ਵੀ ਨਹੀਂ ਸਨ ਇਸੇ ਤਰ੍ਹਾਂ ਕਾਂਗਰਸ ਦੇ ਸੀਨੀਅਰ ਵਿਧਾਇਕ ਸੁਪਾਲ ਸਿੰਘ ਖਹਿਰਾ ਨੇ ਵਿਧਾਨ ਸਭਾ ਦੇ ਅੰਦਰੋਂ ਸਾਬਕਾ ਮੰਤਰੀ ਚੇਤਨ ਸਿੰਘ ਜੋੜੇ ਮਾਜਰਾ ਦੀ ਇੱਕ ਪੁਰਾਣੀ ਵੀਡੀਓ ਸਾਂਝੀ ਕਰਦਿਆਂ ਲਿਖਿਆ ਦੇਖੀ ਚੱਲ ਮਰਦਾਨਿਆਂ ਰੰਗ ਕਰਤਾਰ ਦੇ ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ ਕਹਿੰਦੇ ਇਸੇ ਲਈ ਕਿਹਾ ਜਾਂਦਾ ਰੱਬ ਬਹੁਤ ਚੰਗਾ ਜੋੜੇ ਮਾਜਰਾ ਨੇ ਮੇਰੇ ਨਾਲ ਦਾਂ ਦੇ ਵਿੱਚ ਬਤਮੀਜ਼ੀ ਕੀਤੀ ਸੀ ਮੇਰੇ ਤੇ ਚੀਕਿਆ ਸੀ ਤੇ ਕਿਹਾ ਸੀ ਕਿ ਇਸ ਨੂੰ ਵਿਧਾਨ ਸਭਾ ਤੋਂ ਬਾਹਰ ਸੁੱਟੋ ਪਰ ਕਹਿੰਦੇ ਉਹਨੂੰ ਇਹ ਨਹੀਂ ਸੀ ਪਤਾ ਕਿ ਉਹਨਾਂ ਦੇ ਦਿੱਲੀ ਦੇ ਆਕਾ ਨੇ ਉਹਨਾਂ ਨੂੰ ਹੀ ਬਾਹਰ ਸੁੱਟ ਦੇਣਾ ਹੈ ਸੋ ਪੰਜਾਬ ਕੈਬਨਿਟ ਦੇ ਵਿੱਚ ਵੱਡੇ ਫੇਰਬਦਲ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਓਐਸਡੀ ਔੰਕਾਰ ਸਿੰਘ ਨੂੰ ਵੀ ਹਟਾ ਦਿੱਤਾ ਪਰ ਇਸ ਦੇ ਪਿੱਛੇ ਕਾਰਨ ਸਾਫ਼ ਨਹੀਂ ਹੈ ਮੁੱਖ ਮੰਤਰੀ ਦੇ ਓਐਸਡੀ ਦਾ ਅਹੁਦਾ ਕਾਫੀ ਅਹਿਮ ਹੁੰਦਾ ਕਿਉਂਕਿ ਉਹੀ ਸੀਐਮ ਦਫ਼ਤਰ ਦੇ ਸਾਰੇ ਕੰਮਕਾਜ ਦੇਖਦੇ ਨੇ ਜ਼ਰੂਰੀ ਮੁੱਦਿਆਂ ਤੇ ਮੁੱਖ ਮੰਤਰੀ ਨੂੰ ਸਲਾਹ ਵੀ ਦਿੰਦੇ ਨੇ ਔੰਕਾਰ ਸਿੰਘ ਮਾਨ ਸਰਕਾਰ ਬਣ ਤੋਂ 4 ਮਹੀਨੇ ਬਾਅਦ ਤੋ ਹਿਕਰਤ ਤਿੱਗਸ 2022 ਤੋਂ OSD ਦੀ ਜ਼ਿੰਮੇਵਾਰੀ ਸੰਭ ਰਹੀ ਸੀ ਸੰਗਰੂਰ ਦੇ ਰਹਿਣ ਵਾਲੇ ਹਨ ਤੇ ਭਗਵੰਤ ਮਾਨ ਦੇ ਖਾਸਮ ਖਾਸ ਹਨ ਇਸ ਤੋਂ ਪਹਿਲਾਂ 18 ਨਵੰਬਰ 2023 ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ OSD ਪਬਲਿਕ ਰਿਲੇਸ਼ਨ ਮਨਜੀਤ ਸਿੰਘ ਸਿੱਧੂ ਨੇ ਵੀ ਅਸਤੀਫਾ ਦੇ ਦਿੱਤਾ ਸੀ ਉਹ ਵੀ ਇੱਕ ਹੀ ਸਾਲ ਆਉਦੇ ਤੇ ਰਹੇ ਉਹਨਾਂ ਨੇ ਅਸਤੀਫੇ ਦੀ ਵਜ੍ਹਾ ਸਿਹਤ ਕਾਰਨਾਂ ਨੂੰ ਦੱਸਿਆ ਸੀ ਪਰ ਅੰਦਰੇ-ਅੰਦਰ ਖਬਰਾਂ ਮਿਲੀਆਂ ਸਨ ਕਿ ਸੀਐਮ ਮਾਨ ਅਤੇ ਸਿੱਧੂ ਦੇ ਵਿਚਾਲੇ ਕੋਈ ਅਣਬਣ ਹੋ ਗਈ ਹੈ ਸਿੱਧੂ ਵੀ ਮਾਨ ਦੇ ਕਾਫੀ ਪੁਰਾਣੇ ਦੋਸਤ ਸਨ 2014 ਦੇ ਵਿੱਚ ਆਪਣੀ ਸਰਕਾਰੀ ਨੌਕਰੀ ਛੱਡ ਕੇ ਉਹ ਭਗਵੰਤ ਮਾਨ ਨਾਲ ਜੁੜ ਗਏ ਸਨ ਪੰਚਾਇਤੀ ਚੋਣਾਂ ਦੀ ਬਾਅਦ ਚਰਚਾ ਚੱਲ ਰਹੀ ਹੈ ਉਹ ਵੀ ਖਾਸ ਖਬਰ ਤੁਹਾਨੂੰ ਸੁਣਾ ਦਿੰਨੇ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਠਿੰਡੇ ਵਿੱਚ 30 ਹੋਰ ਆਮ ਆਦਮੀ ਪਾਰਟੀ ਕਲੀਨਿਕਾਂ ਦਾ ਸੋਮਵਾਰ ਨੂੰ ਉਦਘਾਟਨ ਕੀਤਾ ਤੇ ਨਾਲ ਹੀ ਪੰਚਾਇਤੀ ਚੋਣਾਂ ਨੂੰ ਲੈ ਕੇ ਵੱਡਾ ਐਲਾਨ ਕਰਦਿਆਂ ਕਿਹਾ ਕਿ 15 ਤੋਂ 20 ਅਕਤੂਬਰ ਦੇ ਵਿਚਾਲੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋ ਸਕਦੀਆਂ ਨੇ ਸੀਐਮ ਮਾਨ ਨੇ ਪੰਚਾਇਤੀ ਚੋਣਾਂ ਪਾਰਟੀਆਂ ਦੇ ਚੋਣ ਨਿਸ਼ਾਨ ਤੇ ਨਾ ਕਰਵਾਉਣ ਦਾ ਕਾਰਨ ਵੀ ਦੱਸਿਆ ਤੇ ਇਸ ਦੇ ਨਾਲ ਹੀ ਸਰਬਸੰਮਤੀ ਨਾਲ ਸਰਪੰਚ ਚੁਣੇ ਜਾਣ ਦੇ ਫਾਇਦੇ ਵੀ ਗਿਣਵਾਏ ਪੰਚਾਇਤੀ ਚੋਣਾਂ ਆ ਗਈਆਂ ਬਸ ਕਿਸੇ ਵੀ ਸਮੇਂ ਨਾ ਐਲਾਨ ਹੋ ਸਕਦਾ ਹੈ ਔਰ ਦਸਹਿਰੇ ਤੋਂ ਬਾਅਦ ਦੀਆਂ ਡੇਟਾ ਮੈਨੂੰ ਲੱਗਦਾ ਹੈ ਕਲੈਕਸ਼ਨ ਕਮਿਸ਼ਨ ਕਰੂਗਾ ਯਾਨੀ ਕਿ 15 16 17 17 19 ਅਕਤੂਬਰ ਦੇ ਨੇੜੇ ਤੇੜੇ ਇਸ ਦਰਮਿਆਨ ਸਟੇਜ ਤੋਂ ਬੋਲਦੇ ਆ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਦਿਨਾਂ ਦੌਰਾਨ ਆਪਣੇ ਬਿਮਾਰ ਹੋਣ ਤੇ ਵਿਰੋਧੀਆਂ ਵੱਲੋਂ ਕੀਤੀ ਗਈ ਬਿਆਨਬਾਜ਼ੀ ਤੇ ਤੰਜ ਕੱਸਦਿਆਂ ਜਵਾਬ ਦਿੱਤਾ ਅਤੇ ਦਾਵਾ ਕੀਤਾ ਕਿ ਉਹ ਬਿਮਾਰ ਨਹੀਂ ਹੋਏ ਸਨ ਬਲਕਿ ਬੂਟ ਦਾ ਫੀਤਾ ਬਨ ਰਹੇ ਸਨ ਕਹਿੰਦੇ ਜੇ ਉਹ ਬੂਟ ਦਾ ਫੀਤਾ ਬਨਣ ਲਈ ਵੀ ਬੈਠਦੇ ਨੇ ਤਾਂ ਵਿਰੋਧੀ ਕਹਿੰਦੇ ਨੇ ਭਗਵੰਤ ਮਾਨ ਡਿੱਗ ਪਿਆ ਔਰ ਮੈਨੂੰ ਤਾਂ ਤੜਕੀ ਜਦੋਂ ਉਹ ਗਾਣਾ ਕੱਢਣ ਲੱਗ ਜਾਂਦੇ ਨੇ ਮੈਨੂੰ ਬੜਾ ਵਧੀਆ ਲੱਗਦਾ ਵੀ ਅੱਜ ਫੇਰ ਰੋਣ ਲੱਗ ਗਏ ਤੜਕੀ ਕੱਢਣ ਲੱਗ ਜਾਂਦੇ ਜੇ ਮੈਂ ਤੁਰਿਆ ਜਾਂਦਾ ਜਾਂਦਾ ਨਾ ਬੂਟ ਦਾ ਫੀਤਾ ਬੰਨਣ ਵਾਸਤੇ ਬਹਿ ਜਾ ਉਹਦੀ ਕਹਿੰਦੇ ਲੈ ਭਗਵੰਤ ਮਾਤਾ ਡਿੱਗ ਪਿਆ ਪੰਜਾਬ ਸਰਕਾਰ ਦੇ ਵੱਲੋਂ 2 ਸਾਲ ਪਹਿਲਾਂ ਤੋਂ ਪੰਜਾਬ ਦੇ ਵਿੱਚ ਆਮ ਆਦਮੀ ਕਲੀਨਿਕ ਸ਼ੁਰੂ ਕੀਤੇ ਗਏ ਸਨ ਤੇ ਹੁਣ ਇਹਨਾਂ ਕਲੀਨਿਕਾਂ ਦੀ ਗਿਣਤੀ 1000 ਦੇ ਨੇੜੇ ਤੇੜੇ ਪਹੁੰਚਣ ਵਾਲੀ ਹੈ ਪੰਜਾਬ ਸਰਕਾਰ ਨੇ ਦਾਵਾ ਕੀਤਾ ਹੈ ਕਿ ਹੁਣ ਤੱਕ ਇਨ੍ਹਾਂ ਕਲੀਨਿਕਾਂ ਦੇ ਵਿੱਚੋਂ ਪੰਜਾਬ ਦੇ ਵੱਡੀ ਗਿਣਤੀ ਲੋਕ ਮੁਫਤ ਇਲਾਜ ਕਰਵਾ ਚੁੱਕੇ ਨੇ ਤੇ ਮੁਫਤ ਮੁਫਤ ਦਵਾਈਆਂ ਲੈ ਚੁੱਕੇ ਨੇ ਪੰਜਾਬ ਦੇ ਚੋਣ ਕਮਿਸ਼ਨ ਦਫ਼ਤਰ ਤੋਂ ਵੀ ਸੂਤਰਾਂ ਦੇ ਹਵਾਲੇ ਨਾਲ ਜਾਣਕਾਰੀ ਮਿਲੀ ਹੈ ਕਿ ਪੰਚਾਇਤੀ ਚੋਣਾਂ ਦਾ ਐਲਾਨ ਪਰਸੋਂ ਨੂੰ ਸਵੇਰ ਚੋਣ ਕਮਿਸ਼ਨ ਕਰ ਸਕਦਾ ਹੈ ਕਮਿਸ਼ਨ ਨੇ ਤਿਆਰੀਆਂ ਨੂੰ ਅੰਤਮ ਛੋਹਾਂ ਦੇ ਦਿੱਤੀਆਂ ਨੇ ਤੇ 25 ਸਤੰਬਰ ਨੂੰ ਜੇ ਸਵੇਰ ਚੋਣ ਕਮਿਸ਼ਨ ਦੇ ਵੱਲੋਂ ਪੰਚਾਇਤੀ ਚੋਣਾਂ ਦਾ ਐਲਾਨ ਕੀਤਾ ਜਾਂਦਾ ਤਾਂ ਉਸੇ ਦਿਨ ਹੀ ਸੂਬੇ ਚ ਚੋਣ ਜ਼ਾਬਤਾ ਲਾਗੂ ਹੋ ਜਾਊਗਾ ਚੋਣ ਜ਼ਾਬਤੇ ਦਾ ਮਤਲਬ ਹੁੰਦਾ ਹੈ ਕਿ ਸਰਕਾਰ ਜਦੋਂ ਤੱਕ ਚੋਣਾਂ ਦੀ ਪ੍ਰਕਿਰਿਆ ਮੁਕੰਮਲ ਨਹੀਂ ਹੋ ਜਾਂਦੀ ਉਦੋਂ ਤੱਕ ਸੂਬੇ ਦੇ ਵਿੱਚ ਕੋਈ ਵੀ ਵਿਕਾਸ ਕਾਰਜਾਂ ਦਾ ਐਲਾਨ ਨਹੀਂ ਕਰ ਸਕਦੀ ਖਾਸ ਕਰਕੇ ਪਿੰਡਾਂ ਦੇ ਵਿੱਚ ਪੰਜਾਬ ਦੇ ਚੋਣ ਕਮਿਸ਼ਨ ਨੇ ਲੰਗੇ ਦੇਣੀ ਡਿਪਟੀ ਕਮਿਸ਼ਨਰਾਂ ਨੂੰ ਚਿੱਠੀ ਜਾਰੀ ਕਰਕੇ ਸਰਪੰਚਾਂ ਦੇ ਰਾਖਵੇਂ ਕਰਨ ਦੀ ਨੋਟੀਫਿਕੇਸ਼ਨ ਦੇ ਵੇਰਵੇ ਮੰਗੇ ਸਨ ਚੋਣ ਕਮਿਸ਼ਨ ਨੇ 2 ਦਿਨ ਪਹਿਲਾਂ ਡਿਪਟੀ ਕਮਿਸ਼ਨਰਾਂ ਦੇ ਨਾਲ ਵਰਚੁਅਲ ਮੀਟਿੰਗ ਵੀ ਕੀਤੀ ਸੀ ਪਹਿਲਾਂ ਪੰਚਾਇਤ ਚੋਣਾਂ 13 ਜਾਂ 18 ਅਕਤੂਬਰ ਨੂੰ ਹੋਣ ਦੀ ਸੰਭਾਵਨਾ ਸੀ ਪਰ ਹੁਣ ਕਿਹਾ ਜਾ ਰਿਹਾ ਹੈ ਕਿ 15 ਅਕਤੂਬਰ ਨੂੰ ਹੋ ਸਕਦੀਆਂ ਨੇ ਜ਼ਿਲ੍ਹਿਆਂ ਦੇ ਵਿੱਚ ਸਰਪੰਚਾਂ ਦੇ ਰਾਖਵੇਂ ਕਰਨ ਦਾ ਕੰਮ ਵੀ ਜੰਗੀ ਪੱਧਰ ਤੇ ਚੱਲ ਰਿਹਾ ਹੈ ਤੇ ਸੋਮਵਾਰ ਸ਼ਾਮ ਤੱਕ ਪ੍ਰਕਿਰਿਆ ਮੁਕੰਮਲ ਹੋਣ ਦੀਆਂ ਖਬਰਾਂ ਮਿਲੀਆਂ ਉਧਰ ਚੋਣ ਜ਼ਾਬਤੇ ਦੇ ਡਰੋਂ ਪਿੰਡਾਂ ਦੇ ਵਿੱਚ ਵਿਕਾਸ ਦੇ ਕੰਮ ਜ਼ੋਰ ਫੜ ਗਏ ਨੇ ਕਿਉਂਕਿ ਜੇ 25 ਸਤੰਬਰ ਨੂੰ ਇਲੈਕਸ਼ਨ ਅਨਾਉਂਸ ਹੁੰਦੀ ਹੈ ਉਸੇ ਦਿਨ ਚੋਣ ਜ਼ਾਬਤਾ ਲਾਗੂ ਹੁੰਦਾ ਹੈ ਤਾਂ ਸਿਰਫ ਕੁਝ ਘੰਟੇ ਹੀ ਵਿਕਾਸ ਕੰਮਾਂ ਦੀ ਅਨਾਉਂਸਮੈਂਟ ਦੇ ਰਹਿ ਗਏ ਹਨ ਜਾਂ ਫਿਰ ਵਿਕਾਸ ਕਾਰਜ ਕਰਵਾਉਣ ਦੇ ਰਹਿ ਗਏ ਹਨ ਐਨੇ ਕੁ ਘੰਟਿਆਂ ਦੇ ਵਿੱਚ ਵਿਕਾਸ ਦੇ ਜਿਹੜੇ ਕੰਮ ਹੈਗੇ ਨੇ ਉਹ ਤਾਂ ਮੁਕੰਮਲ ਹੋਣੇ ਸੰਭਵ ਨਹੀਂ ਪਰ ਅਲਾਨ ਜ਼ਰੂਰ ਹੋ ਸਕਦੇ ਨੇ ਉਧਰਾ ਮਾਦਮੀ ਪਾਰਟੀ ਦੇ ਵਿਧਾਇਕ ਤੇ ਵਜ਼ੀਰ ਆਖਮੀ ਕਰਨ ਨੂੰ ਲੈ ਕੇ ਸਿਆਸੀ ਪ੍ਰਕਿਰਿਆ ਦੇ ਵਿੱਚ ਉਲਝੇ ਹੋਏ ਨੇ ਤਾਂ ਪਿੰਡਾਂ ਦੇ ਵਿੱਚ ਸਰਪੰਚ ਬਣ ਦੇ ਚਾਹਵਾਨਾਂ ਨੇ ਵੀ ਵਿਧਾਇਕਾਂ ਤੇ ਵਜ਼ੀਰਾਂ ਦੇ ਟਿਕਾਣਿਆਂ ਦੇ ਚੱਕਰ ਕੱਢੇ ਹੋਏ ਨੇ 3 ਸਾਲ ਦੀ ਲੰਮੀ ਲੜਾਈ ਤੋਂ ਬਾਅਦ ਪੰਜਾਬ ਦੇ 1158 ਸਹਾਇਕ ਪ੍ਰੋਫੈਸਰਾਂ ਲਈ ਪੰਜਾਬ-हरियाणा ਹਾਈ ਕੋਰਟ ਤੋਂ ਵੱਡੀ ਰਾਹਤ ਦੀ ਖਬਰ ਆਈ ਹੈ ਹਾਈ ਕੋਰਟ ਦੇ ਡਬਲ ਬੈਂਚ ਨੇ ਸਿੰਗਲ ਬੈਂਚ ਦੇ ਫੈਸਲੇ ਨੂੰ ਰੱਦ ਕਰਦਿਆ ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਦੀ ਭਰਤੀ ਮਾਮਲੇ ਨੂੰ ਹਰੀ ਝੰਡੀ ਦੇ ਦਿੱਤੀ ਹੈ 2021 ਤੋਂ ਸ਼ੁਰੂ ਹੋਏ ਇਸ ਸੰਘਰਸ਼ ਦੌਰਾਨ 2023 ਦੇ ਵਿੱਚ ਇੱਕ ਸਹਾਇਕ ਪ੍ਰੋਫੈਸਰ ਬਲਵਿੰਦਰ ਕੌਰ ਨੂੰ ਨੌਕਰੀ ਦੀ ਮੰਗ ਕਰਦੇ ਆ ਆਪਣਾ ਜੀਵਨ ਤੱਕ ਖਤਮ ਕਰਨਾ ਪਿਆ ਸੀ ਸਿੰਗਲ ਬੈਂਚ ਦੇ ਫੈਸਲੇ ਨੂੰ ਹਾਈ ਕੋਰਟ ਦੇ ਡਬਲ ਬੈਂਚ ਦੇ ਸਾਹਮਣੇ ਪੰਜਾਬ ਸਰਕਾਰ ਨੇ ਚੈਲੰਜ ਕੀਤਾ ਸੀ ਤੇ ਅਪੀਲ ਕਰਕੇ ਸਰਕਾਰ ਲਗਾਤਾਰ ਛੇਤੀ ਸੁਣਵਾਈ ਦੀ ਮੰਗ ਕਰ ਰਹੀ ਸੀ 2021 ਵਿੱਚ 1178 ਭਰਤੀਆਂ ਦਾ ਮਸਲਾ ਹਾਈ ਕੋਰਟ ਪਹੁੰਚਿਆ ਸੀ ਸਿੰਗਲ ਬੈਂਚ ਨੇ ਪਿਛਲੇ ਸਾਲ ਸਾਰੀ ਭਰਤੀ ਨੂੰ ਰੱਦ ਕਰ ਦਿੱਤਾ ਸੀ ਜਿਸ ਤੋਂ ਬਾਅਦ ਬਿਨੈਕਾਰਾਂ ਅਤੇ ਸਰਕਾਰ ਨੇ ਸਿੰਗਲ ਬੈਂਚ ਦੇ ਫੈਸਲੇ ਖਿਲਾਫ ਡਬਲ ਬੈਂਚ ਵਿੱਚ ਅਪੀਲ ਕੀਤੀ ਸੀ ਪਰ ਇਸ ਦੌਰਾਨ ਸਿੰਗਲ ਬੈਂਚ ਦਾ ਫੈਸਲਾ ਆਉਣ ਤੱਕ 609 ਪ੍ਰੋਫੈਸਰ ਜੁਆਇਨ ਕਰ ਚੁੱਕੇ ਹਨ 135 ਨੂੰ ਸਟੇਸ਼ਨ ਵੀ ਅਲਾਟ ਕੀਤੇ ਜਾ ਚੁੱਕੇ ਨੇ ਡਬਲ ਬੈਂਚ ਦੇ ਵੱਲੋਂ ਸਥਿਤੀ ਜਿਉਂ ਦੀ ਤਿਉ ਰੱਖਣ ਦੇ ਹੁਕਮਾਂ ਕਾਰਨ ਸਿਰਫ 135 ਹੀ ਕੰਮ ਕਰ ਰਹੇ ਸਨ ਤਨਖਾਹ ਲੈ ਰਹੇ ਸਨ ਪਰ 484 ਸਟੇਸ਼ਨ ਅਲਾਟ ਹੋਣ ਦੀ ਉਡੀਕ ਕਰ ਰਹੇ ਸਨ ਤੇ ਉਹਨਾਂ ਨੂੰ ਤਨਖਾਹ ਵੀ ਨਹੀਂ ਮਿਲ ਰਹੀ ਸੀ ਪਰ ਸਰਕਾਰ ਨੇ ਸਰਕਾਰੀ ਕਾਲਜਾਂ ਦੇ ਵਿੱਚ ਅਧਿਆਪਕਾਂ ਦੀ ਘਾਟ ਦਾ ਹਵਾਲਾ ਦਿੱਤਾ ਸਟੇਸ਼ਨ ਅਲਾਟ ਕਰਨ ਦੀ ਇਜਾਜ਼ਤ ਮੰਗੀ ਜਿਸ ਤੋਂ ਬਾਅਦ ਹੁਣ ਅਦਾਲਤ ਨੇ ਹਰੀ ਛੰਡੀ ਦੇ ਦਿੱਤੀ ਹੈ ਇਸ ਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਹਾਈ ਕੋਰਟ ਦੇ ਫੈਸਲੇ ਦਾ ਸਵਾਗਤ ਕਰਦੇ ਆ ਆਪਣੀ ਸਰਕਾਰ ਦੀ ਪਿੱਠ ਵੀ ਥਾਪੜੀ ਹੈ ਬੈਂਸ ਨੇ ਕਿਹਾ ਕਿ ਸਾਡੀ ਸਰਕਾਰ ਨੇ 1158 ਅਧਿਆਪਕਾਂ ਦੇ ਫੈਸਲੇ ਅਧਿਆਪਕਾਂ ਦੇ ਖਿਲਾਫ ਆਏ ਫੈਸਲੇ ਦੀ ਅਪੀਲ ਅਦਾਲਤ ਵਿੱਚ ਕੀਤੀ ਸੀ ਸਾਡੀ ਲੀਗਲ ਟੀਮ ਨੂੰ ਇਸ ਲਈ ਵਧਾਈ ਹੈ 8TT ਦੇ 23 ਚੌਟਾ ਅਧਿਆਪਕਾਂ ਦੀ ਭਰਤੀ ਤੋਂ ਬਾਅਦ ਇਹ ਸਾਡੀ ਦੂਸਰੀ ਵੱਡੀ ਜਿੱਤ ਹੈ ਉਹਨਾਂ ਕਹਿਆ ਕਿ ਦੋਵੇਂ ਮਾਮਲੇ ਕਈ ਸਾਲਾਂ ਤੋਂ ਪਿਛਲੀ ਸਰਕਾਰ ਦੇ ਸਮੇਂ ਤੋਂ ਕੋਰਟ ਵਿੱਚ ਲਟਕ ਕੇ ਹੋਏ ਸਨ ਤੇ ਹਾਈ ਕੋਰਟ ਦੇ ਫੈਸਲੇ ਨਾਲ ਕਹਿੰਦੇ ਪੰਜਾਬ 'ਚ ਉੱਚ ਸਿੱਖਿਆ ਦਾ ਚੰਗਾ ਭਵਿੱਖ ਸਮਰੂਗਾ ਹਰਜੋਤ ਸਿੰਘ ਵੈਸ ਨੇ ਸਾਰੇ ਸਹਾਇਕ ਪ੍ਰੋਫੈਸਰਾਂ ਦਾ ਧੰਨਵਾਦ ਵੀ ਕੀਤਾ ਜਿਨ੍ਹਾਂ ਨੇ ਸਰਕਾਰ ਤੇ ਭਰੋਸਾ ਰੱਖਿਆ ਉਧਰ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮ ਸਿੰਘ ਮਜੀਠੀਆ ਹੁਣ ਫੇਰ ਪਖੇ ਹੋਏ ਨੇ ਲਗਾਤਾਰ ਸਰਕਾਰ ਦੇ ਕੰਮਾਂ ਤੇ ਬਿਆਨਬਾਜ਼ੀ ਕਰ ਰਹੇ ਨੇ ਹਾਲਾਂਕਿ ਕੁਝ ਸਮਾਂ ਉਹ ਬਿਲਕੁਲ ਮੋਨ ਧਾਰ ਕੇ ਬੈਠੇ ਸਨ ਮਜੀਠੀਆ ਨੇ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਪ੍ਰੋਫੈਸਰ ਬਲਵਿੰਦਰ ਕੌਰ ਨੂੰ ਯਾਦ ਕਰਦਿਆਂ ਲਿਖਿਆ ਕਿ 1158 ਅਸਿਸਟੈਂਟ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਫਰੰਟ ਦੇ ਸਾਰੇ ਮੈਂਬਰਾਂ ਨੂੰ ਅਦਾਲਤ ਦਾ ਫੈਸਲਾ ਉਹਨਾਂ ਦੇ ਹੱਕ ਵਿੱਚ ਆਉਣ ਤੇ ਤਹਿ ਦਿਲੋਂ ਵਧਾਈਆਂ ਅਤੇ ਪ੍ਰੋਫੈਸਰ ਜਸਵਿੰਦਰ ਕੌਰ ਦੀ ਹਿੰਮਤ ਤੇ ਜਜ਼ਬੇ ਨੂੰ ਸਲਾਮ ਵੀ ਕਰਦੇ ਹਾਂ ਜਿਨ੍ਹਾਂ ਨੇ ਅਪਾਹਜ ਹੋਣ ਦੇ ਬਾਵਜੂਦ ਆਪਣੀ ਛੋਟੀ ਤੀ ਦੇ ਨਾਲੇ ਸੰਘਰਸ਼ ਡਟ ਕੇ ਲੜਿਆ ਤੇ ਫੈਸਲੇ ਦੀ ਉਡੀਕ ਕਰਦੀ ਹਾਰ ਕੇ ਆਪਣੇ ਜੀਵਨ ਲੀਲਾ ਨੂੰ ਖਤਮ ਕਰ ਗਈ ਦਿੱਲੀ ਦੇ ਸ਼੍ਰੀ ਗੁਰੂ ਤੇਗ ਬਹਾਦਰ ਕਾਲਜ ਦੇ ਵਿੱਚ ਇੱਕ ਸਿੱਖ ਵਿਦਿਆਰਥੀ ਦੇ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਦਿੱਲੀ ਦੀਆਂ ਸਿੱਖ ਜਥੇਬੰਦੀਆਂ ਇਕਜੁੱਟ ਹੋ ਗਈਆਂ ਨੇ ਇਸ ਦੇ ਖਿਲਾਫ ਖੜੀਆਂ ਹੋ ਗਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਸਿੱਖ ਨੌਜਵਾਨ ਦੇ ਨਾਲ ਕਾਲਜ ਦੇ ਬਾਹਰੋਂ ਆਏ ਕੁਝ ਨੌਜਵਾਨਾਂ ਨੇ ਕੁੱਟਮਾਰ ਕੀਤੀ ਇਸ ਦੌਰਾਨ ਉਸ ਦੀ ਦਸਤਾਰ ਵੀ ਉਤਾਰ ਦਿੱਤੀ ਇਸ ਮਾਮਲੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਡੀਐਸਜੀਐਮਸੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਖਾਲਸਾ ਕਾਲਜ ਪਹੁੰਚੇ ਵਿਦਿਆਰਥੀ ਦੇ ਨਾਲ ਮੁਲਾਕਾਤ ਕੀਤੀ ਪਤਾ ਲੱਗਿਆ ਕਿ ਅਦਾਲਤ ਦੇ ਹੁਕਮ ਤੁਬਾਦ ਦਿੱਲੀ ਯੂਨੀਵਰਸਿਟੀ ਦੇ ਖਾਲਸਾ ਕਾਲਜ ਵਿੱਚ ਚੋਣਾਂ ਦਾ ਐਲਾਨ ਕੀਤਾ ਗਿਆ 21 ਸਤੰਬਰ ਨੂੰ ਚੋਣਾਂ ਦੇ ਲਈ ਨਾਮਜ਼ਦਗੀ ਭਰਨ ਦੀ ਆਖਰੀ ਤਰੀਕ ਸੀ ਪਰ ਇਸ ਦਿਨ ਕੁਝ ਲੜਕਿਆਂ ਨੇ ਕਾਲਜ ਦੇ ਅੰਦਰ ਜਾ ਕੇ ਕਾਲਜ ਦੇ ਦੂਸਰੇ ਸਾਲ ਦੇ ਵਿਦਿਆਰਥੀ ਪਵਿੱਤਰ ਸਿੰਘ ਗੁਜਰਾਲ ਦੇ ਨਾਲ ਕੁੱਟਮਾਰ ਕੀਤੀ ਉਸ ਦੀ ਦਸਤਾਰ ਤੱਕ ਉਤਾਰ ਦਿੱਤੀ ਜਿਸ ਤੋਂ ਬਾਅਦ ਸਿੱਖ ਭਾਈਚਾਰੇ ਦੇ ਵਿੱਚ ਰੋਸ ਹੈ ਰੋਸ ਪ੍ਰਗਟਾਰ ਰਹੀਆਂ ਸਿੱਖ ਜਥੇਬੰਦੀਆਂ ਨੇ ਕਿਹਾ ਕਿ ਜੋ ਰਾਹੁਲ ਗਾਂਧੀ ਨੇ ਕਿਹਾ ਉਹ ਸੱਚ ਹੈ ਅਤੇ ਸੱਚਮੁੱਚ ਸਿੱਖਾਂ ਨਾਲ ਗਲਤ ਹੋ ਰਿਹਾ ਹੈ ਇਸ ਤੇ ਤਕਸ਼ੀਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੀ ਬਿਆਨ ਆਇਆ ਹੈ ਜੱਥੇਦਾਰ ਸਾਹਿਬ ਨੇ ਸਿੱਖ ਕੌਮ ਬਾਰੇ ਅਮਰੀਕਾ ਵਿੱਚ ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ ਵੱਲੋਂ ਕੀਤੀਆਂ ਤਾਜ਼ਾ ਟਿੱਪਣੀਆਂ ਦਾ ਸਮਰਥਨ ਕਰਦਿਆਂ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀਆਂ ਸਰਕਾਰਾਂ ਦੌਰਾਨ ਇਸ ਤੋਂ ਵੀ ਭੈੜਾ ਵਾਪਰਿਆ ਸੀ ਸਿੱਖਾਂ ਲਈ ਕੁਝ ਬਦ ਕੁਝ ਬਹੁਤਾ ਨਹੀਂ ਬਦਲਿਆ ਭਾਵੇਂ ਕੋਈ ਵੀ ਪਾਰਟੀ ਸੱਤਾ ਦੇ ਵਿੱਚ ਹੋਵੇ ਸਿੱਖਾਂ ਨਾਲ ਤੱਕਾ ਹੀ ਹੁੰਦਾ ਹੈ ਦਿੱਲੀ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਮੈਂ ਬਹੁਤ ਦੁਖੀ ਮਨ ਨਾਲ ਕਹਿ ਰਿਹਾ ਕਿ ਇਸ ਘਟਨਾ ਨੂੰ ਇੱਕ ਦਿਨ ਹੋ ਗਿਆ ਪਰ ਕਾਲਜ ਨੇ ਹਾਲੇ ਤੱਕ ਪੁਲਿਸ ਨੂੰ ਸ਼ਿਕਾਇਤ ਵੀ ਨਹੀਂ ਦਿੱਤੀ ਸਿੱਖਾਂ ਦੇ ਦਬਾਅ ਬਣਾਉਣ ਤੋਂ ਬਾਅਦ ਕਹਿੰਦੇ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ ਉਹਨਾਂ ਕਿਹਾ ਕਿ ਪਿਛਲੇ ਸਾਲ ਵੀ ਦੇਵ ਨਗਰ ਕਾਲਜ ਵਿੱਚ ਅਜਿਹੀ ਘਟਨਾ ਵਾਪਰੀ ਸੀ ਉਸ ਤਰ੍ਹਾਂ ਦੀ ਹੀ ਘਟਨਾ ਇਹ ਦੁਹਰਾਈ ਗਈ ਹੈ ਉਹਨਾਂ ਚੇਅਰਮੈਨ ਤਰਲੋਚਨ ਸਿੰਘ ਨੂੰ ਕਿਹਾ ਕਿ ਤੁਸੀਂ ਸਿੱਖੀ ਸਿਧਾਂਤਾਂ ਤੋਂ ਦੂਰ ਦੇ ਲੋਕਾਂ ਦਾ ਸਿੱਖ ਸੰਸਥਾਵਾਂ ਤੇ ਕਬਜ਼ਾ ਕਰਵਾਉਣਾ ਚਾਹੁੰਦੇ ਹੋ ਜਿਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇ ਜੀਕੇ ਨੇ ਕਿਹਾ ਕਿ ਇਸ ਮਸਲੇ ਵਿੱਚ ਇਨਸਾਫ ਦਵਾਉਣ ਦੇ ਲਈ ਜਿੰਤੋਂ ਤੱਕ ਵੀ ਲੜਾਈ ਲੜਨੀ ਪਈ ਉਹ ਲੜਨਗੇ ਜੀਕੇ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਦੀ ਚੁੱਪੀ ਤੇ ਵੀ ਸਵਾਲ ਖੜੇ ਕੀਤੇ ਸਾਨੂੰ ਅਪਾਇੰਟਮੈਂਟ ਦਿੱਤੀ ਹੈ ਸਵੇਰੇ ਫੇਰਾਵਾਂਗੇ 10:30 ਵਜੇ ਮੈਂ ਸਮਝਦਾ ਵਾਂ ਇਹ ਸਾਡੇ ਕੋਲ ਜਿਆਦਾ ਸਿੱਖਾਂ ਦੀ ਇੰਸਟੀਚਿਊਸ਼ਨਸ ਹੈ ਇਹਦੇ ਵਿੱਚ ਪੱਗਾਂ ਨੂੰ ਹੱਥ ਪਾਇਆ ਜਾਣ ਇਹਦਾ ਭਗਵਾ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਕਾਮ برداشت ਨਹੀਂ ਕਰੇਗੀ ਔਰ ਇਸ ਲਈ ਉਹਦੇ ਦਿੱਲੀ ਕਮੇਟੀ ਦੇ ਇੱਕ ਹੋਰ ਸਾਬਕਾ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਕਾਇਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਮੰਗ ਕੀਤੀ ਹੈ ਕਿ ਪ੍ਰਿੰਸੀਪਲ ਨੂੰ ਇਸ ਘਟਨਾ ਦੇ ਲਈ ਸਿੱਖਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ ਨਾਲ ਹੀ ਭਰੋਸਾ ਦਿਵਾਉਣਾ ਚਾਹੀਦਾ ਹੈ ਕਿ ਅੱਗੇ ਤੋਂ ਕਿਸੇ ਵੀ ਸਿੱਖ ਵਿਦਿਆਰਥੀ ਦੀ ਦਸਤਾਰ ਨਾ ਉਤਰੇ ਸਰਨਾ ਨੇ ਦਾਵਾ ਕੀਤਾ ਕਿ ਜਿਹੜੇ ਬੱਚੇ ਆਰਐਸਐਸ ਨਾਲ ਸਬੰਧਤ ਨਹੀਂ ਉਹਨਾਂ ਦੇ ਕਾਗਜ਼ ਹੀ ਰੱਦ ਕਰ ਦਿੱਤੇ ਗਏ ਨੇ ਸਰਨਾ ਨੇ ਮੰਗ ਕੀਤੀ ਹੈ ਕਿ ਜਿਹੜੇ ਵਿਦਿਆਰਥੀਆਂ ਦੇ ਅਗਸਤ ਚੋਣਾਂ ਦੇ ਰੱਦ ਕੀਤੇ ਗਏ ਨੇ ਉਹਨਾਂ ਦੀ ਚੋਣ ਦੁਬਾਰਾ ਕਰਵਾਈ ਜਾਵੇ ਕਾਲਜ ਪ੍ਰਿੰਸੀਪਲ ਨੂੰ ਸੰਬੋਧਨ ਹੁੰਦਿਆਂ ਸਰਨਾ ਨੇ ਕਿਹਾ ਕਿ ਜੇ ਬੱਚਿਆਂ ਦੇ ਨਾਲ ਕੋਈ ਵੀ ਤੱਕਾ ਹੋਇਆ ਤਾਂ ਕਾਰਜਕਾਲ ਤੁਹਾਡਾ ਬਹੁਤਾ ਲੰਬਾ ਨਹੀਂ ਰਹੇਗਾ ਮੈਨੂੰ ਇਹ ਵੀ ਕੰਪਲੇਂਟਾਂ ਆਈਆਂ ਕਿ ਜਿਹੜੇ ਸਟੂਡੈਂਟਸ ਆਰਐਸਐਸ ਨੂੰ ਬੁਲਾਉਂ ਨਹੀਂ ਕਰਦੇ ਸਨ ਜਿਹੜੀ ਮੌਜੂਦਾ ਕਮੇਟੀ ਹੈ ਉਸ ਨੂੰ ਬੁਲਾਉਂ ਨਹੀਂ ਕਰਦੇ ਸਨ ਉਹਨਾਂ ਦੇ ਕਾਗਜ਼ ਪੱਤਰ ਫਾੜੇ ਗਏ ਨੇ ਭਾਰਤ ਦੇ ਕੇਂਦਰੀ ਰੇਲ ਰਾਜਪ트ਰੀ ਰਵਨੀਤ ਸਿੰਘ ਬਿੱਟੂ ਨੇ ਇੱਕ ਵਾਰੀ ਫੇਰ ਤੋਂ ਰਾਹੁਲ ਗਾਂਧੀ ਦੇ ਕੜੇ ਤੇ ਦਸਤਾਰ ਵਾਲੇ ਬਿਆਨ ਤੇ ਸਵਾਲ ਚੁੱਕੇ ਨੇ ਉਹਨਾਂ ਕਿਹਾ ਕਿ ਇਹ ਸਵਾਲ ਬੀਜੇਪੀ ਤੇ ਕਾਂਗਰਸ ਦਾ ਨਹੀਂ ਬਲਕਿ ਸਿੱਖਾਂ ਦੀ ਦਸਤਾਰ ਤੇ ਕੜੇ ਦਾ ਹੈ ਰਾਹੁਲ ਗਾਂਧੀ ਦੱਸਣ ਕਿ ਕਿਹੜੀ ਥਾਂ ਤੇ ਦਸਤਾਰ ਦੀ ਬੇਅਦਬੀ ਹੋਈ ਹੈ ਕਹਿੰਦੇ ਮੈਂ ਰਾਹੁਲ ਨੂੰ ਪੁੱਛਣਾ ਚਾਹੁੰਨਾ ਦੱਸੋ ਆਖਿਰ ਤੁਹਾਡਾ ਮਨਸੂਬਾ ਕੀ ਹੈ ਸ਼ਨੀਵਾਰ ਨੂੰ ਰਾਹੁਲ ਨੇ ਆਪਣੇ ਅਮਰੀਕਾ ਵਾਲੇ ਭਾਸ਼ਣ ਦਾ ਪੂਰਾ ਵੀਡੀਓ ਜਾਰੀ ਕਰਕੇ ਪੁੱਛਿਆ ਸੀ ਕਿ ਸਿੱਖ ਭਾਈਚਾਰਾ ਮੈਨੂੰ ਦੱਸੇ ਕਿ ਮੇਰੇ ਬਿਆਨ ਤੋਂ ਕੀ ਤੁਸੀਂ ਅਸਹਿਮਤ ਹੋ ਕੀ ਤੁਸੀਂ ਮੇਰੇ ਬਿਆਨ ਦੇ ਨਾਲ ਸਹਿ ਤੇ ਬੇਵਜਾ ਇਸਤੇ ਸਿਆਸਤ ਕਰ ਰਹੀ ਹੈ ਪੰਜਾਬ ਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਰਵਨੀਤ ਬਿੱਟੂ ਨੂੰ ਉਹਨਾਂ ਦੇ ਬਿਆਨ ਤੇ ਕੀਰਤਿਆਂ ਕਿਹਾ ਕਿ ਭਾਜਪਾ ਦੇ ਵੱਲੋਂ ਸਿੱਖ ਭਾਈਚਾਰੇ ਨੂੰ ਵਾਰੀ-ਵਾਰੀ ਬਦਨਾਮ ਕਰਨਾ ਇੱਕ ਅਜਿਹਾ ਭਾਈਚਾਰਾ ਜਿਸ ਨੇ ਸਾਡੇ ਮੁਲਕ ਦੀ ਪਛਾਣ ਨੂੰ ਅਮਿੱਟ ਰੂਪ ਦਿੱਤਾ ਇਹ ਪਰੇਸ਼ਾਨ ਕਰਨ ਵਾਲਾ ਤੇ ਸ਼ਰਮਨਾਕ ਹੈ ਲਖੀਮਪੁਰ ਖੀਰੀ ਨੂੰ ਕਹਿੰਦੇ ਯਾਦ ਕਰੋ ਜਿੱਥੇ ਭਾਜਪਾ ਦੇ ਇੱਕ ਮੰਤਰੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਬੇਰਹਿਮੀ ਦੇ ਨਾਲ ਕੁਚਲਿਆ ਸੀ ਇਹਨਾਂ ਵਿੱਚੋਂ ਬਹੁਤ ਸਾਰੇ ਸਿੱਖ ਹੀ ਸਨ ਇਹ ਕਿਸਾਨ ਸਿਰਫ ਆਪਣੇ ਜਮਹੂਰੀ ਅਧਿਕਾਰਾਂ ਦੀ ਵਰਤੋਂ ਕਰ ਰਹੇ ਸੀ ਫਿਰ ਵੀ ਉਹਨਾਂ ਦਿੰਦਿਆ ਗਿਆ ਬੀਜੇਪੀ ਦੇ ਕਈ ਲੀਡਰਾਂ ਦੀ फडਕਾਉ ਬਿਆਨਬਾਜ਼ੀ ਅਤੇ ਕੰਗਣਾ ਰਣੌਤ ਵਰਗੇ ਵਿਅਕਤੀਆਂ ਦੀਆਂ ਬੇਲਗਾਮ ਟਿੱਪਣੀਆਂ ਸਮਾਜਿਕ ਵੰਡ ਨੂੰ ਹੋਰ ਵਧਾਉਂਦੀਆਂ ਹਨ ਇਹ ਸਿੱਖ ਭਾਰਤ ਦੇ ਤਾਣੇ ਬਾਣੇ ਨਾਲ ਜੁੜੇ ਹੋਏ ਨੇ ਪਰ ਉਹਨਾਂ ਨੂੰ ਬਦਨਾਮ ਕਰਨ ਦੀਆਂ ਬੀਜੇਪੀ ਦੀਆਂ ਕੋਝੀਆਂ ਸਾਜ਼ਿਸ਼ਾਂ ਅਸਲ ਦੇ ਵਿੱਚ ਕੌਮੀ ਇਕਤਾ ਨੂੰ ਖਤਰੇ ਵਿੱਚ ਪਾ ਰਹੀਆਂ ਨੇ ਰਾਹੁਲ ਗਾਂਧੀ ਨੇ ਆਤਿਸ਼ਮੂਲਿਤ ਪ੍ਰਤੀ ਆਪਣੀ ਵਚਨਬੱਧਤਾ ਤੇ ਕਾਇਮ ਹਨ हिमाचल दी सुखू सरकार ਦੇ ਵਿੱਚ ਮੰਤਰੀ ਵਿਕਰਮਾ ਦਿੱਤਿਆ ਨੇ ਮੰਡੀ ਤੋਂ ਬੀਜੇਪੀ ਦੀ ਐਮਪੀ ਕੰਗਣਾ ਰਣੌਦ ਦੇ ਖਿਲਾਫ ਮਾਨਹਾਨੀ ਦਾ ਕੇਸ ਦਰਜ ਕਰਨ ਦੀ ਚਤਾਵਨੀ ਦਿੱਤੀ ਹੈ ਦਰਅਸਲ ਇੱਕ ਦਿਨ ਪਹਿਲਾਂ ਕੰਗਣਾ ਨੇ ਇਲਜ਼ਾਮ ਲਾਇਆ ਸੀ ਕਿ ਕੇਂਦਰ ਤੋਂ ਆਉਣ ਵਾਲਾ ਰਾਹਤ ਦਾ ਪੈਸਾ ਸੋਨੀਆ ਗਾਂਧੀ ਦੇ ਫੰਡ ਵਿੱਚ ਜਾ ਰਿਹਾ ਹੈ ਇਸੇ ਕਰਕੇ ਕਹਿੰਦੇ ਸੜਕਾਂ ਹੀ ਨਹੀਂ ਬਣੀਆਂ ਵਿਕਰਮਾ ਦਿੱਤਿਆ ਨੇ ਕਿਹਾ ਕਿ ਕੰਗਣਾ ਸਬੂਤ ਪੇਸ਼ ਕਰੇ ਨਹੀਂ ਤਾਂ ਬਿਨਾਂ ਸ਼ਰਤ ਸੋਨੀਆ ਗਾਂਧੀ ਤੋਂ ਮਾਫੀ ਮੰਗੇ ਜੇ ਕੰਗਣਾ ਜਿਹਾ ਨਹੀਂ ਕਰਦੀ ਤਾਂ ਮਾਨਹਾਨੀ ਕਰੂੰਗਾ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਵੱਲੋਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧ ਗੁਰਚਰਨ ਸਿੰਘ ਟੌੜਾ ਦੀ ਪਹਿਲੀ ਜਨਮ ਸ਼ਤਾਬਦੀ ਕੱਲ ਨੂੰ ਉਹਨਾਂ ਦੇ ਜੱਦੀ ਪਿੰਡ ਟੌੜਾ ਪਟਿਆਲਾ ਵਿਖੇ ਪਰਿਵਾਰ ਦੇ ਨਾਲ ਮਨਾਈ ਜਾ ਰਹੀ ਹੈ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਸੁਖਬੀਰ ਸਿੰਘ ਬਾਦਲ ਦੇ ਧੜੇ ਦੇ ਵੱਲੋਂ ਵੱਖਰੇ ਤੌਰ ਤੇ ਪਟਿਆਲਾ ਦੇ ਵਿੱਚ ਮਰਹੂਮ ਟੌੜਾ ਦੀ ਵਰਸੀ ਮਨਾਈ ਜਾ ਰਹੀ ਹੈ ਤਿਆਰੀਆਂ ਨੂੰ ਲੈ ਕੇ ਫਤਿਹਗੜ੍ਹ ਸਾਹਿਬ ਵਿਖੇ ਅਕਾਲੀ ਦਲ ਸੁਧਾਰ ਲਹਿਰ ਦੀ ਮੀਟਿੰਗ ਹੋਈ ਇਸ ਵਿੱਚ ਸਾਬਕਾ ਐਮਪੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਆ ਮਾਜਰਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਵਰਸੀ ਵਾਲੇ ਦਿਨ ਸੂਬਾ ਪੱਧਰੀ ਛੁੱਟੀ ਐਲਾਨੀ ਜਾਵੇ ਯਾਨੀ ਕਿ ਉਹਨਾਂ ਨੇ ਕੱਲ ਦੇ ਦਿਨ ਛੁੱਟੀ ਐਲਾਨਣ ਦੀ ਮੰਗ ਕੀਤੀ ਹੈ ਪ੍ਰੋਫੈਸਰ ਚੰਦੂ ਮਾਦਰਾ ਨੇ ਕਿਹਾ ਕਿ ਜਥੇਦਾਰ ਟੌੜਾ ਦੇਸ਼ ਦੇ ਇੱਕ ਕੌਮੀ ਪੱਧਰ ਦੇ ਲੀਡਰ ਰਹੇ ਨੇ ਲੰਬਾ ਸਮਾਂ ਕੇਂਦਰ ਵਿੱਚ ਉਹ ਰਹੇ ਹਨ ਇਸ ਲਈ ਕੇਂਦਰ ਸਰਕਾਰ ਵੱਲੋਂ ਵੀ 100 ਸਾਲਾ ਜਨਮਸ਼ਤਾਬਦੀ ਦੇ ਵਿੱਚ ਹਿੱਸਾ ਪਾਉਣਾ ਚਾਹੀਦਾ ਹੈ ਦਿੱਲੀ ਦੇ ਮੁੱਖ ਮੰਤਰੀ ਆਤਸ਼ੀ ਨੇ ਅੱਜ ਆਪਣੇ ਅਹੁਦੇ ਦਾ ਚਾਰਜ ਸੰਭਾਲਿਆ ਪਰ ਉਹ ਅਰਵਿੰਦ ਕੇਜਰੀਵਾਲ ਦੀ ਕੁਰਸੀ ਤੇ ਨਹੀਂ ਬੈਠੇ ਅੱਛੀ ਨੇ ਫੈਸਲਾ ਲਿਆ ਕਿ ਉਹ ਅਰਵਿੰਦ ਕੇਜਰੀਵਾਲ ਲਈ ਮੁੱਖ ਮੰਤਰੀ ਦੀ ਕੁਰਸੀ ਖਾਲੀ ਰੱਖਣਗੇ ਸੀਐਮ ਅੱਛੀ ਆਪਣੀ ਇੱਕ ਨਵੀਂ ਕੁਰਸੀ ਲੈ ਕੇ ਸਕਤਰੇਤ ਪਹੁੰਚੇ ਉਹ ਚਿੱਟੇ ਰੰਗ ਦੀ ਕੁਰਸੀ ਤੇ ਬੈਠੇ ਜਦਕਿ ਨਾਲ ਹੀ ਕੇਜਰੀਵਾਲ ਦੀ ਲਾਲ ਰੰਗ ਦੀ ਕੁਰਸੀ ਰੱਖੀ ਗਈ ਹੈ ਇਸ ਤੇ ਦਿੱਲੀ ਬੀਜੇਪੀ ਦੇ ਪ੍ਰਧਾਨ ਵਰਿੰਦਰ ਸੱਚਦੇਵਾ ਅਤੇ ਸ਼ਹਿਜ਼ਾਦ ਪੁੰਨੇਵਾਲਾ ਨੇ ਆਮ ਆਦਮੀ ਪਾਰਟੀ ਤੇ ਨਿਸ਼ਾਨਾ ਸਾਧਿਆ ਇਸ ਨੂੰ ਸੰਵਿਧਾਨ ਦਾ ਅਪਮਾਨ ਦੱਸਿਆ ਤੇ ਕਿਹਾ ਕਿ ਇਹ ਚਮਚਾਗਰੀ ਹੈ ਸ਼ਹਿਜ਼ਾਦ ਪੁੰਨੇਵਾਲਾ ਨੇ ਕਿਹਾ ਕਿ ਦਿੱਲੀ ਦੀ ਨਵੀਂ ਮੁੱਖ ਮੰਤਰੀ ਇੱਕ ਕੱਠ ਪੁਤਲੀ ਹੈ। ਭਾਜਪਾ ਦੇ ਸੀਨੀਅਰ ਲੀਡਰ ਹਰਜੀਤ ਸਿੰਘ ਗਰੇਵਾਲ ਨੇ ਕਿਸਾਨਾਂ ਨੂੰ ਨਸੀਹਤ ਦਿੱਤੀ ਹੈ ਕਿ ਤੁਸੀਂ ਖੁਦ ਤਾਂ ਸਾਰੇ ਇੱਕ ਝੰਡੇ ਹੇਠ ਇਕੱਠੇ ਨਹੀਂ ਹੋਗੇ। ਕੋਈ ਸਿਆਸੀ ਹੈ ਤੇ ਕੋਈ ਗੈਰ ਸਿਆਸੀ ਹੈ। ਉਗਰਾਹਾਂ ਦਾ ਆਪਣਾ ਸਟੈਂਡ ਹੈ, ਰਾਜੀਵਾਲ ਦਾ ਆਪਣਾ ਵੱਖਰਾ ਸਟੈਂਡ ਹੈ, ਡੱਲੇਵਾਲ ਦਾ ਵੱਖਰਾ ਹੈ। ਕਿਸਾਨ ਪਹਿਲਾਂ ਖੁਦ ਤਾਂ ਇਕੱਠੇ ਹੋ ਜਾਣ, ਫਿਰ ਸਾਡੇ ਨਾਲ ਚੱਲ ਕੇ ਸਾਰੇ ਮਾਮਲੇ ਹੱਲ ਕਰਵਾ ਲੈਣ। ਦਰਅਸਲ ਇੱਕ ਦਿਨ ਪਹਿਲਾਂ ਕਿਸਾਨਾਂ ਨੇ ਹਰਿਆਣਾ ਦੇ ਵਿੱਚ ਭਾਜਪਾ ਦੇ ਲੀਡਰਾਂ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਹੈ ਤੇ 3 ਅਕਤੂਬਰ ਨੂੰ ਪੂਰੇ ਦੇਸ਼ ਦੇ ਵਿੱਚ ਚੱਕਾ ਜਾਮ ਦਾ ਵੀ ਐਲਾਨ ਕੀਤਾ ਹੈ। ਹਰਿਆਣਾ ਚੋਣ ਦੰਗਲ ਦੀ ਗੱਲ ਕਰ ਲਈਏ ਤਾਂ ਹਰਿਆਣਾ ਦੇ ਸਾਬਕਾ ਸੀਐਮ ਮਨੋਹਰ ਲਾਲ ਖੱਟਰ ਨੇ 2 ਦਿਨ ਪਹਿਲਾਂ ਜਿਹੜਾ ਕਾਂਗਰਸ ਦੀ ਐਮਪੀ ਕੁਮਾਰੀ ਸ਼ੈਲਜਾ ਨੂੰ ਭਾਜਪਾ 'ਚ ਆਉਣ ਦਾ ਆਫਰ ਦਿੱਤਾ ਸੀ ਉਸ ਤੇ ਸ਼ੈਲਜਾ ਦਾ ਬਿਆਨ ਆਇਆ ਹੈ ਪਹਿਲਾਂ ਤਾਂ ਉਹਨਾਂ ਨੇ ਇਸ ਆਫਰ ਨੂੰ ਠੁਕਰਾਇਆ ਤੇ ਫਿਰ ਕਿਹਾ ਕਿ ਸਾਰੇ ਜਾਣਦੇ ਨੇ ਮੈਂ ਕਾਂਗਰਸ ਤੋਂ ਬਾਹਰ ਨਹੀਂ ਜਾ ਸਕਦੀ ਜਦੋਂ ਉਹਨਾਂ ਤੋਂ ਨਾਰਾਜ਼ਗੀ ਤੇ ਪ੍ਰਚਾਰ ਦੀ ਪ੍ਰਚਾਰ ਦੇ ਵਿੱਚ ਗੈਰ ਹਾਜ਼ਰੀ ਬਾਰੇ ਪੁੱਛਿਆ ਗਿਆ ਤਾਂ ਸ਼ੈਲਜਾ ਨੇ ਕਿਹਾ ਕਿ ਪਹਿਲਾਂ ਅਸੀਂ ਟਿਕਟਾਂ ਵੰਡ ਰਹੇ ਸੀ ਹੁਣ ਸਿਆਸੀ ਮੈਦਾਨ ਪੱਕ ਗਿਆ ਤੇ ਹੁਣ ਪ੍ਰਚਾਰ ਕਰਕੇ ਸਰਕਾਰ ਬਣਾਵਾਂਗੇ ਜਦੋਂ ਸੀਐਮ ਦੇ ਚਿਹਰੇ ਬਾਰੇ ਪੁੱਛਿਆ जाने किया कि पार्टी ही फैसला करेगी भाजपा मेरा मैं समझती इनके काफी नेताओं से जो आज टिप्पणी कर रहे हैं उनसे ज्यादा लंबा राजनीतिक जीवन मेरा रहा है तो मुझे नसीहत ना दें मैं अपना रास्ता और मेरी पार्टी मेरा रास्ता खुद तय करना जानते हैं और हम करेंगे मजबूती से चलेंगे आगे बढ़ेंगे ਔਰ ਭਾਜਪਾ ਹੈ ਜਾਂ ਕੋਈ ਹੈ ਉਹ ਮੈਂ ਜਾਣਤੀ ਹੂੰ ਕਿਸ ਤਰ੍ਹਾਂ ਦੀ ਡਿਪਿੰਗ ਕੀਤੀ ਜਾ ਰਹੀ ਹੈ ਰੂਪਨਗਰ ਦੇ ਵਿੱਚ ਆਟੋ ਤੇ ਸਕੂਲ ਜਾ ਰਹੇ ਬੱਚੇ ਹਾਦਸੇ ਦਾ ਸ਼ਿਕਾਰ ਹੋ ਗਏ ਇਹ ਬੱਚੇ ਨਿੱਜੀ ਸਕੂਲ ਦੇ ਸਨ ਅਤੇ ਆਟੋ ਰਾਹੀਂ ਸਕੂਲ ਜਾ ਰਹੇ ਸਨ ਸਾਰਿਆਂ ਨੂੰ ਸ਼ੁਰੂਆਤੀ ਜਾਂਚ ਲਈ ਹਸਪਤਾਲ ਲਿਜਾਇਆ ਗਿਆ ਪਰ ਰਾਹ ਦੀ ਗੱਲ ਇਹ ਹੈ ਕਿ ਸਾਰੇ ਬੱਚੇ ਸੁਰੱਖਿਅਤ ਹਨ ਹਾਲਾਂਕਿ ਦੁਰਘਟਨਾ ਤੋਂ ਬਾਅਦ ਬੱਚਿਆਂ ਦੇ ਚਿਹਰਿਆਂ ਤੇ ਸਹਿਮ ਜ਼ਰੂਰ ਦਿਖਾਈ ਦੇ ਰਿਹਾ ਸੀ ਜ਼ਿਆਦਾਤਰ ਬੱਚੇ ਛੋਟੇ ਸਨ ਬੱਚਿਆਂ ਦੀ ਗੱਲ ਮੰਨੀ ਜਾਵੇ ਤਕਰੀਬ 5 ਬੱਚੇ ਹੀ ਆਟੋ 'ਚ ਬੈਠੇ ਹੋਏ ਸੀ ਜੋ ਸਤਲੁਜ ਦਰਿਆ ਤੋਂ ਰੂਪਨਗਰ ਵਾਲੇ ਪਾਸੇ ਨੂੰ ਨਿੱਜੀ ਸਕੂਲ ਵੱਲ ਜਾ ਰਿਹਾ ਸੀ ਬੱਚਿਆਂ ਨੇ ਦੱਸਿਆ ਕਿ ਆਟੋ ਡਰਾਈਵਰ ਵੱਲੋਂ ਪਾਣੀ ਦੀ ਬੋਤਲ ਨੂੰ ਰੱਖਣ ਵੇਲੇ ਇਹ ਹਾਦਸਾ ਵਾਪਰਿਆ ਜਦੋਂ ਬੋਤਲ ਰੱਖ ਰਹੇ ਸੀ ਤਾਂ ਬੋਤਲ ਦਾ ਜਿਸ ਤੋਂ ਬਾਅਦ ਆਟੋ ਪਲਟ ਗਿਆ ਪਰ ਰਫ਼ਤਾਰ ਘਟਣ ਦੇ ਕਾਰਨ ਵੱਡਾ ਹਾਦਸਾ ਹੋਣ ਤੋਂ ਬਚ ਗਿਆ ਬਰਨਾਲਾ ਦੇ ਪਿੰਡ ਨਰੈਣਗੜ੍ਹ ਸੋਈਆਂ ਦੇ ਵਿੱਚ 4 ਦਿਨ ਪਹਿਲਾਂ ਪਤੀ ਅਤੇ ਉਸਦੇ ਸਹੁਰੇ ਪਰਿਵਾਰ ਵੱਲੋਂ ਨਵ-ਵਿਆਹੁਤਾ ਲੜਕੀ ਨੂੰ ਜਿਹੜਾ ਖਤਮ ਕੀਤਾ ਗਿਆ ਸੀ ਉਹਨਾਂ ਦੀ ਗ੍ਰਿਫਤਾਰੀ ਦੇ ਲਈ ਪੀੜਤ ਪਰਿਵਾਰ ਅਤੇ ਕਿਸਾਨ ਜਥੇਬੰਦੀਆਂ ਨੇ ਬਰਨਾਲਾ ਮੋਗਾ ਨੈਸ਼ਨਲ ਹਾਈਵੇ ਜਾਮ ਕਰਕੇ ਪ੍ਰਦਰਸ਼ਨ ਕੀਤਾ ਜਿਸ ਨਾਲ ਲੰਮਾ ਜਾਮ ਲੱਗ ਗਿਆ ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਮੁਲਜ਼ਮ ਪਤੀ ਸੱਸ ਸਹੁਰਾ ਤੇ ਖੋਰ ਲੜਕੀ ਵਿਰੁੱਧ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ ਪਰ ਤਿੰਨ ਮੁਲਜ਼ਮਾਂ ਗ੍ਰਫਤਾਰੀ ਹਾਲੇ ਬਾਕੀ ਹੈ ਸੰਗਰੂਰ ਦੇ ਵਿੱਚ ਜਨਮ ਦੇਣ ਵਾਲੇ ਸਕੇ ਪਿਓ ਨੇ ਪੁੱਤ ਅਮਨਦੀਪ ਨੂੰ ਜਦੋਂ ਗੋਲੀਆਂ ਮਾਰ ਕੇ ਖਤਮ ਕਰ ਦਿੱਤਾ ਤਤਿ ਨੇ ਮੰਗ ਕੀਤੀ ਹੈ ਕਿ ਮੇਰੇ ਪਿਤਾ ਨੂੰ ਫਾਂਸੀ ਦਿੱਤੀ ਜਾਵੇ ਕਲਯੁਗੀ ਪਿਓ ਨੇ ਸਿਰਫ ਆਪਣੇ ਪੁੱਤ ਨੂੰ ਖਤਮ ਹੀ ਨਹੀਂ ਕੀਤਾ ਬਲਕਿ ਚੀਮਾ ਮੰਡੀ ਦੇ ਰਹਿਣ ਵਾਲੇ ਗੋਪਾਲ ਸਿੰਘ ਨੇ ਆਪਣੀ ਪਤਨੀ ਤੇ ਧੀ ਦੀ ਵੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਪਰ ਉਹ ਦੋਵੇਂ ਬਚ ਗਈਆਂ ਗੋਪਾਲ ਸਿੰਘ ਦੀ ਪਤਨੀ ਰਵੀਨਾ ਰਾਣੀ ਉਰਫ ਪਰਮਜੀਤ कौर ਚੀਮਾ ਨੇ ਦੱਸਿਆ ਕਿ ਅਮਨਦੀਪ ਦੇ ਪਿਤਾ ਗੋਪਾਲ ਸਿੰਘ ਫੌਜ ਤੋਂ ਰਿਟਾਇਰਡ ਨਹੀਂ ਪ੍ਰਾਈਵੇਟ ਕੰਪਨੀ 'ਚ ਕੰਮ ਕਰਦੇ ਨੇ ਪਰ ਕਿਸੇ ਮਹਿਲਾ ਦੇ ਨਾਲ ਉਹਨਾਂ ਦਾ ਗੈਰ ਕਾਨੂੰਨੀ ਸੰਬੰਧ ਹੈ ਇਸ ਤਰ੍ਹਾਂ ਜਦੋਂ ਗੋਪਾਲ ਸਿੰਘ ਦੀ ਪੁੱਤ ਅਮਰਦੀਪ ਸਿੰਘ ਨਾਲ ਬਹਿਸ ਹੋਈ ਤਾਂ ਉਹਨੇ ਆਪਣੇ ਪੁੱਤ ਨੂੰ ਹੀ ਖਤਮ ਕਰ ਦਿੱਤਾ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਪਿਓ ਫਰਾਰ ਹੋ ਗਿਆ ਪੁਲਿਸ ਨੇ ਮਾਮਲੇ ਤਾ ਦਰਜ ਕਰ ਲਿਆ ਪਰ ਹਲੇ ਫੜਿਆ ਨਹੀਂ ਗਿਆ ਇਸ ਦਰਮਿਆਨ ਮ੍ਰਿਤਕ ਨੌਜਵਾਨ ਦੀ ਭੈਣ ਨੇ ਰੋਂਦਿਆਂ ਹੋਇਆਂ ਕਿਹਾ ਕਿ ਮੇਰੇ ਪਿਓ ਨੇ ਆਪਣੇ ਨਜਾਇਜ਼ ਸਬੰਧਾਂ ਦੀ ਵਜ੍ਹਾ ਕਰਕੇ ਆਪਣੇ ਪੁੱਤ ਨੂੰ ਹੀ ਖਤਮ ਕਰ ਦਿੱਤਾ ਮੇਰੇ ਭਰਾ ਨੂੰ ਖਤਮ ਕਰ ਦਿੱਤਾ ਉਸ ਨੂੰ ਫਾਂਸੀ ਹੋਣੀ ਚਾਹੀਦੀ ਹੈ ਕਪੂਰਥਲਾ ਦੇ ਵਿੱਚ ਦੋ ਨੌਜਵਾਨਾਂ ਵਿਚਾਲੇ ਹੋਈ ਮਾਮੂਲੀ ਤਕਰਾਰ ਨੂੰ ਲੈ ਕੇ ਸਕੀ ਮਾਸੀ ਦੇ ਮੁੰਡੇ ਨੇ ਆਪਣੇ ਭਰਾ ਦਾ ਤੇਜ਼ ਤਾਰ ਹਥਿਆਰਾਂ ਨਾਲ ਖਾਤਮਾ ਕਰ ਦਿੱਤਾ ਘਟਨਾ ਸਥਾਨ ਤੇ ਪਹੁੰਚੇ ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਿਕ ਮ੍ਰਿਤਕ ਨੌਜਵਾਨ ਕਪੂਰਥਲਾ ਦੇ ਪਿੰਡ ਹੋਠੀਆਂ ਦਾ ਰਹਿਣ ਵਾਲਾ ਸੀ ਤੇ ਉਹ ਆਪਣੀ ਸਕੀ ਮਾਸੀ ਦੇ ਮੁੰਡੇ ਨਾਲ ਕਿਸੇ ਧਾਰਮਿਕ ਸਥਾਨ ਤੋਂ ਮੱ ਕੇ ਵਾਪਸ ਘਰ ਆ ਰਿਹਾ ਸੀ ਜਦੋਂ ਆਪਣੇ ਪਿੰਡ ਨੇੜੇ ਪਹੁੰਚੇ ਤਾਂ ਕਿਸੇ ਗੱਲ ਨੂੰ ਲੈ ਕੇ ਦੋਵਾਂ ਮੁੰਡਿਆਂ ਵਿਚਾਲੇ ਤਕਰਾਰ ਹੋ ਗਈ ਮੋਟਰਸਾਈਕਲ ਤੇ ਪਿੱਛੇ ਬੈਠੇ ਹਰਪ੍ਰੀਤ ਨੇ ਤੇਜ਼ ਤਾਰ ਹਥਿਆਰ ਨਾਲ ਮਨਰੂਪ ਤੇ ਵਾਰ ਕਰ ਦਿੱਤਾ ਤੇ ਮੌਕੇ ਤੇ ਹੀ ਮੁੰਡਾ ਜਾਨ ਗਵਾ ਗਿਆ ਜਲੰਧਰ ਦੇ ਭੋਗਪੁਰ ਦੇ ਵਿੱਚ ਇੱਕ ਨੌਜਵਾਨ ਨੂੰ ਸ਼ਰੀਆਮ ਗੋਲੀਆਂ ਮਾਰ ਕੇ ਖਤਮ ਕਰ ਦਿੱਤਾ ਗਿਆ ਪਛਾਣ ਜਸਪਾਲ ਸਿੰਘ ਸ਼ਾਲੂ ਵਜੋਂ ਹੋਈ ਹੈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਰਨਾਲ ਦੇ ਸਮਾਣਾ ਬਾਹੂ ਨੇੜੇ ਜੀਟੀ ਰੋਡ ਤੇ ਇੱਕ ਕਾਰ ਦੇ ਟਰੱਕ ਨਾਲ ਟਰੱਕ ਨਾਲ ਟੱਕਰ ਹੋ ਗਈ ਹਾਦਸੇ ਵਿੱਚ ਇੱਕ ਵਿਅਕਤੀ ਦੀ ਜਾਨ ਚਲੀ ਗਈ ਤਿੰਨ ਜ਼ਖਮੀ ਹੋ ਗਏ ਇਹ ਪਰਿਵਾਰ ਦਿੱਲੀ 에ਰਪੋਰਟ ਤੋਂ ਪੰਜਾਬ ਵਾਪਸ ਜਾ ਰਿਹਾ ਸੀ ਪੁਲਿਸ ਨੇ ਦੇ ਨੂੰ ਪੋਸਟਮਾਰਟਮ ਦੇ ਲਈ ਕਰਨਾਲ ਭੇਜ ਦਿੱਤਾ ਜ਼ਖਮੀਆਂ ਨੂੰ ਕਲਪਨਾ ਚਾਵਲਾ ਹਸਪਤਾਲ ਭੇਜ ਦਿੱਤਾ ਤੇ ਜਾਂਚ ਸ਼ੁਰੂ ਕਰ ਦਿੱਤੀ ਐ ਅਮਰਿਤ ਸਰਦਾ ਅਮਨਪ੍ਰੀਤ ਸਿੰਘ ਆਪਣੇ ਪਰਿਵਾਰ ਦੇ 4 ਮੈਂਬਰਾਂ ਨਾਲ ਦਿੱਲੀ ਤੋਂ ਪੰਜਾਬ ਮੋੜ ਰਿਹਾ ਸੀ ਕਾਰ ਖੁਦ ਚਲਾ ਰਿਹਾ ਸੀ ਜਦ ਕੇ ਕਾਰ ਦੇ ਵਿੱਚ ਸਾਰੇ ਉਸ ਦੇ ਰਿਸ਼ਤੇਦਾਰ ਤੇ ਦੋਸਤ ਬੈਠੇ ਸਨ ਸਾਰੇ ਕੈਨੇਡਾ ਤੋਂ ਵਾਪਸ ਆਏ ਚੰਚਲ ਸਿੰਘ ਅਤੇ ਰਾਜਕੁਮਾਰੀ ਨੂੰ ਦਿੱਲੀ 에ਅਰਪੋਰਟ ਤੋਂ ਲੈਣ ਗਏ ਸਨ ਚੰਚਲ ਸਿੰਘ ਉਸ ਦਾ ਮਾਸੜ ਤੇ ਰਾਜਕੁਮਾਰੀ ਮਾਸੀ ਹੈ ਸ਼ਿਕਾਇਤਕਰਤਾ ਅਮਨਪ੍ਰੀਤ ਨੇ ਦੱਸਿਆ ਕਿ ਜਦੋਂ ਗੱਡੀ ਕਰਨਾਲ ਦੇ ਪਿੰਡ ਸਮਾਣਾ ਬਾਹੂ ਨੇੜੇ ਪਹੁੰਚੀ ਤਾਂ ਟਰੱਕ ਬਿਨਾਂ ਕਿਸੇ ਸੰਕੇਤ ਦੇ ਜੀਟੀ ਰੋਡ ਦੀ ਤੀਸਰੀ ਲੇਨ ਦੇ ਵਿੱਚ ਖੜਾ ਸੀ ਉਸ ਨੇ ਟਰੱਕ ਤੋਂ ਬਚਣ ਦੀ ਕੋਸ਼ਿਸ਼ ਤਾਂ ਕੀਤੀ ਪਰ ਕਾਰ ਆਪਣਾ ਸੰਤੁਲਨ ਗਵਾ ਬੈਠੀ ਤੇ ਟਰੱਕ ਨਾਲ ਟੱਕਰ ਹੋ ਗਈ ਪ੍ਰਾਈਮ ਟਾਈਮ ਦੇ ਵਿੱਚ ਅੱਜ ਤੁਹਾਡੇ ਸਭ ਤੋਂ ਇੱਥੇ ਹੀ ਇਜਾਜ਼ਤ ਚਾਹੁੰਦੇ ਹਾਂ ਸਵੇਰ ਦੀਆਂ ਖਬਰਾਂ 'ਚ ਫਿਰ ਮਿਲਾਂਗੇ ਧੰਨਵਾਦ